ਤੇ ਹੁਣ ਤੁਸੀਂ ਇੰਨੇ ਕੁ ਮਲਟੀ ਟੈਲੈਂਟ ਤੁਹਾਡੇ ਵਿੱਚ ਹੈਗੇ ਆ ਤੁਸੀਂ ਬਾਰ ਬਾਰ ਮਲਟੀ ਟੈਲੈਂਟ ਕਹਿ ਰਹੇ ਹੋ ਮੈਂ ਸ਼ੋਅ ਕਰ ਰਿਹਾ ਨਾ ਜੇ ਤੁਸੀਂ ਸਾਨੂੰ ਇੱਕ ਵਾਰੀ ਆਪ ਹੀ ਸਾਰੇ ਦੱਸ ਦਿਓ ਕਿਹੜੇ ਕਿਹੜੇ ਤੁਸੀਂ ਤੁਹਾਡੇ ਵਿੱਚ ਟੈਲੈਂਟ ਹੈਗੇ ਮੈਨੂੰ ਯਾਦ ਨਹੀਂ ਹੋਣੇ ਬਟ ਮੈਨੂੰ ਯਾਦ ਹੈ ਤੁਸੀਂ ਤਾਂ ਪ੍ਰੋਫਾਈਲ ਦੇਖੀ ਆ ਨਾ ਬਿਲਕੁਲ ਤੁਸੀਂ ਮਾਡਲਿੰਗ ਕੀਤੀ ਹੋਈ ਹੈ ਤੁਸੀਂ ਡਬਿੰਗ ਕੀਤੀ ਹੋਈ ਹੈ ਤੁਸੀਂ ਥੀਏਟਰ ਕੀਤੇ ਹੋਏ ਹੈ ਰੇਡੀਓ 'ਚ ਤੁਸੀਂ ਕੰਮ ਕੀਤਾ ਹੋਇਆ ਸੀਰੀਅਲਸ ਤੁਸੀਂ ਕੀਤੇ ਹੋਏ ਹੈ ਐਂਕਰਿੰਗ ਤੁਸੀਂ ਕੀਤੀ ਹੋਈ ਹੈ ਟੈਲੀਫਿਲਮਸ ਤੁਸੀਂ ਕੀਤੀ ਹੋਈ ਹੈ ਮੂਵੀਜ਼ ਤੁਸੀਂ ਕੀਤੀ ਹੋਈ ਹੈ ਇੰਨੇ ਟੈਲੈਂਟ ਉੱਤੋਂ ਲਾਅ ਵੀ ਕੀਤੀ ਹੋਈ ਹੈ ਦੁਬਾਰਾ ਰਿਪੀਟ ਕਰਿਓ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕਣੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਮੇਰਾ ਦੋ ਵਾਰੀ ਹੋ ਗਿਆ ਹੁਣ ਓਕੇ ਦੂਸਰੇ ਤਿੰਨ ਵਾਰੀ ਮੈਂ ਬੋਲ ਦੇਣੀ ਪੰਜ ਹੋ ਜਾਣੇ ਨਹੀਂ ਨਹੀਂ ਦਿਸ ਇਜ਼ ਨਾਟ 50-50 ਓਕੇ ਫਿਰ ਗਿਫਟ 50-50 ਕਰਨਾ ਪੈਣਾ ਚੰਗਾ ਨਹੀਂ ਲੱਗਣਾ ਨਹੀਂ ਇਹ ਬਹੁਤ ਸੈਲਫਿਸ਼ ਹੈ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ newsnumber.com ਸਵਾਦ ਸਾਡੇ ਨਾਲ ਬੈਠੇ ਨੇ ਪੰਜਾਬੀ ਐਕਟਰੈਸ ਅਵਰਿੰਦਰ ਕੌਰ ਜੋ ਕਿ ਐਕਟਿੰਗ ਦੇ ਨਾਲ ਨਾਲ ਉਹਨਾਂ ਵਿੱਚ ਹੋਰ ਵੀ ਕਾਫੀ ਟੈਲੈਂਟ ਹੈਗਾ ਸੋ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਤੇ ਪੁੱਛਦੇ ਆ ਉਹਨਾਂ ਵਿੱਚ ਕਿਹੜੇ ਕਿਹੜੇ ਹੋਰ ਟੈਲੈਂਟ ਨੇ ਤੇ ਉਹਨਾਂ ਦੀ ਲਾਈਫ ਦੇ ਬਾਰੇ ਗੱਲ ਕਰਦੇ ਆ ਸੋ ਮੈਮ ਤੁਹਾਡਾ ਸਭ ਤੋਂ ਪਹਿਲੇ ਨਿਊਜ਼ ਨੰਬਰ ਦੇ ਵਿੱਚ ਬਹੁਤ ਬਹੁਤ ਸਵਾਗਤ ਥੈਂਕ ਯੂ ਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਤੁਸੀਂ ਆਸੀਸ ਮੂਵੀ ਦੇ ਵਿੱਚ ਕੰਮ ਕੀਤਾ ਲੇਟੈਸਟ ਤੇ ਉਹਦੇ ਵਿੱਚ ਤੁਹਾਨੂੰ ਕੰਮ ਕਰਕੇ ਕਿੱਦਾਂ ਲੱਗਾ ਕਿ ਰਾਣਾ ਰਣਵੀਰ ਜੀ ਦੇ ਨਾਲ ਕੰਮ ਕੀਤਾ ਤੁਸੀਂ ਉਹਦੇ ਵਿੱਚ ਕਿੱਦਾਂ ਲੱਗਾ ਤੁਹਾਨੂੰ ਉਹਦੇ ਵਿੱਚ ਬਹੁਤ ਅੱਛਾ ਲੱਗਿਆ ਕਰੈਕਟਰ ਜਿਹੜਾ ਇਸ ਵਾਰੀ ਮੈਂ ਫਿਲਮ ਦੇ ਵਿੱਚ ਪਲੇਅ ਕੀਤਾ ਬਹੁਤ ਡਿਫਰੈਂਟ ਸੀਗਾ ਨੈਗੇਟਿਵ ਰੋਲ ਸੀਗਾ ਅਤੇ ਮੈਂ ਸਪੈਸ਼ਲੀ ਰਾਣਾ ਸਰ ਨੂੰ ਪੁੱਛਿਆ ਮੈਂ ਕਿ ਤੁਸੀਂ ਮੈਨੂੰ ਨੈਗੇਟਿਵ ਕਰੈਕਟਰ ਹੀ ਕਿਉਂ ਦਿੱਤਾ ਵੀ ਕਿਉਂ ਤੁਹਾਨੂੰ ਇਹਦੇ 'ਚ ਲਾਈਕ ਮੇਰੇ 'ਚ ਇਹੋ ਜਿਹਾ ਨੈਗੇਟਿਵ ਕੀ ਲੱਗਿਆ ਐਂਡ ਇਜ਼ ਲਾਈਕ ਨਹੀਂ ਮੈਨੂੰ ਨਾ ਪੇਰੈਂਟਸ ਪੋਜ਼ਿਟਿਵ ਚਾਹੀਦੀ ਸੀ ਅਤੇ ਕਰੈਕਟਰ ਦੀ ਸ਼ੇਡ ਨੈਗੇਟਿਵ ਚਾਹੀਦੀ ਸੀ ਫਿਰ ਮੈਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਕਿ ਸ਼ੁਕਰ ਹੈ ਨਾ ਸੋ ਰਾਣਾ ਜੀ ਨਾਲ ਐਜ਼ ਅ ਡਾਇਰੈਕਟਰ ਇਹ ਉਹਨਾਂ ਦੀ ਫਸਟ ਫਿਲਮ ਸੀਗੀ ਅਤੇ ਬਹੁਤ ਅੱਛਾ ਲੱਗਿਆ ਮੈਨੂੰ ਵਿਜ਼ਨ ਬਹੁਤ ਕਲੀਅਰ ਹੈ ਉਹਨਾਂ ਦਾ ਬਿਲਕੁਲ ਇਹ ਫਿਲਮ ਬਹੁਤ ਘੱਟ ਟਾਈਮ ਦੇ ਵਿੱਚ ਜਿਹੜੀ ਆਪਣਾ ਸ਼ਡਿਊਲ ਕੰਪਲੀਟ ਕਰ ਚੁੱਕੀ ਸੀ ਇਸ ਹਿਸਾਬ ਨਾਲ ਮੈਂ ਇਹ ਕਹੂੰਗੀ ਕਿ ਇਹ ਉਹੀ ਡਾਇਰੈਕਟਰ ਕਰ ਸਕਦਾ ਜਿਹਦੀ ਪੂਰੀ ਤਿਆਰੀ ਹੋਵੇ ਬਿਲਕੁਲ ਇੱਕ ਸੀਨ ਵਾਈਜ਼ ਸਕਰੀਨ ਪਲੇ ਸਟੋਰੀ ਮੈਂ ਇਨੀਸ਼ੀਅਲੀ ਜਦੋਂ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਮੈਨੂੰ ਇਹ ਦੱਸਿਆ ਸੀਗਾ ਕਿ 2-2.5 ਸਾਲ ਤਾਂ ਉਹ ਸਟੋਰੀ 'ਤੇ ਹੀ ਕੰਮ ਕਰਦੇ ਰਹੇ ਉਸ ਤੋਂ ਬਾਅਦ ਸਕਰੀਨ ਪਲੇ ਲਿਖਿਆ ਤਾਂ ਹਰ ਇੱਕ ਚੀਜ਼ 'ਤੇ ਪ੍ਰੋਪਰ ਟਾਈਮ ਦਿੱਤਾ ਗਿਆ ਔਰ ਫਿਰ ਇਹ ਫਿਲਮ ਬਣੀ ਆ ਸੋ ਇਸ ਕਰਕੇ ਇਹ ਚੀਜ਼ ਮੈਨੂੰ ਬਹੁਤ ਹੀ ਜ਼ਿਆਦਾ ਅੱਛੀ ਲੱਗੀ ਕਿ ਜਿਹੜੀ ਪੋਸਟ ਪ੍ਰੋਡਕਸ਼ਨ ਆ ਨਾ ਉਹ ਡਾਊਟ ਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਬਾਅਦ 'ਚ ਹੁੰਦੇ ਨੇ ਪਰ ਜਿਹੜੀ ਪ੍ਰੀ ਪ੍ਰੋਡਕਸ਼ਨ ਆ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਇੰਪੋਰਟੈਂਟ ਹੈ ਅਤੇ ਉਹ ਅਸੀਸ ਨੇ ਪ੍ਰੂਫ ਕੀਤਾ ਬਿਲਕੁਲ ਅਤੇ ਇਹਦੇ ਵਿੱਚ ਰੁਪਿੰਦਰ ਰੂਪੀ ਜੀ ਵੀ ਸੀਗੇ ਉਹਨਾਂ ਨਾਲ ਤੁਹਾਨੂੰ ਕੰਮ ਕਰਕੇ ਕਿੱਦਾਂ ਲੱਗਾ ਉਹਨਾਂ ਨਾਲ ਤਾਂ ਬੜਾ ਹੀ ਮਜ਼ਾ ਆਇਆ ਮਤਲਬ ਸੈੱਟ 'ਤੇ ਇੰਨਾ ਫਨ ਕਰਦੇ ਸੀ ਅਸੀਂ ਉਸ ਤੋਂ ਪਹਿਲਾਂ ਮੈਂ ਰੂਪੀ ਮੈਮ ਨਾਲ ਰੇਡੀਓ 'ਤੇ ਕੰਮ ਕੀਤਾ ਹੋਇਆ ਬਿਕੋਜ਼ ਉਹ ਡਰਾਮਾ ਆਰਟਿਸਟ ਨੇ ਉੱਥੇ ਅਤੇ ਮੈਂ ਵੀ ਡਰਾਮਾ ਆਰਟਿਸਟ ਹਾਂ ਇਸ ਕਰਕੇ ਅਸੀਂ ਉਹਨਾਂ ਨਾਲ ਪਹਿਲਾਂ ਮੈਂ ਰੇਡੀਓ ਪਲੇ ਕੀਤੇ ਸੀ ਔਨ ਸਕਰੀਨ ਪਹਿਲੀ ਵਾਰ ਕੀਤਾ ਬਹੁਤ ਅੱਛਾ ਲੱਗਿਆ ਔਰ ਇੱਕ ਸੀਨ ਸੀਗਾ ਵੈਸੇ ਉਹਦੇ ਵਿੱਚ ਨਾ ਡਾਇਲੋਗ ਕੱਟਿਆ ਗਿਆ ਉਹ ਸੀਨ ਕੱਟਿਆ ਗਿਆ ਪੂਰਾ ਬਿਕੋਜ਼ ਫਿਲਮ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਲੈਂਥ ਵਧਣ ਕਰਕੇ ਉਹ ਇੱਕ ਸੀਨ ਕੱਟਤਾ ਉਹਦੇ ਵਿੱਚ ਡਾਇਲੋਗ ਸੀਗਾ ਚੁੱਕ ਤਾਂ ਸਾਰੀ ਤੇਰੀ ਹੈ ਮਾਸਟਰ ਨੇ ਨਰਿੰਦਰ ਕੌਰ ਜੀ ਉਹ ਹੁਣ ਵੀ ਜਦੋਂ ਮੈਨੂੰ ਮਿਲਦੇ ਆ ਨਾ ਇਹੀ ਡਾਇਲੋਗ ਬੋਲਦੇ ਅਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਹਾਂ ਥੋੜ੍ਹਾ ਆਪਣਾ ਪੰਜਾ ਆ ਅੱਛਾ ਲੱਗਦਾ ਸੁਣ ਕੇ ਤੋ ਜੈਸੇ ਆਸੀਸ ਮੂਵੀ ਇੱਕ ਮਦਰ ਔਰ ਇੱਕ ਚਾਈਲਡ ਕੇ ਬੌਂਡ ਕੋ ਦਿਖਾਤੀ ਹੈ ਮੂਵੀ ਤੋ ਆਪਕਾ ਆਪਣੀ ਮਾਮ ਕੇ ਸਾਥ ਕੈਸਾ ਬੌਂਡ ਹੈ ਬਹੁਤ ਅੱਛਾ ਸਾਡੇ 'ਚ ਲੜਾਈਆਂ ਵੀ ਜੰਮ ਕੇ ਹੁੰਦੀਆਂ ਨੇ ਬਹਿਸ ਵੀ ਪੂਰੀ ਹੁੰਦੀ ਹੈ ਪਰ ਇੱਕ ਗੱਲ ਮੇਰੇ ਮੋਮ ਨੇ ਕਹੀ ਸੀ ਮੈਨੂੰ ਮੇਰੇ ਮੋਮ ਤੋਂ ਨਹੀਂ ਮੇਰੀ ਸਿਸਟਰ ਤੋਂ ਪਤਾ ਲੱਗਿਆ ਅਤੇ ਔਰ ਉਸ ਤੋਂ ਬਾਅਦ ਮੈਂ ਚੁੱਪ ਸੀ ਉਹਨਾਂ ਨੇ ਕਿਹਾ ਸੀਗਾ ਕਿ ਭਾਵੇਂ ਸਾਡੇ ਦੋ ਮੁੰਡੇ ਨੇ ਪਰ ਮੈਨੂੰ ਐਂ ਲੱਗਦਾ ਕਿ ਕਦੇ ਜ਼ਿੰਦਗੀ 'ਚ ਜੇ ਸਾਨੂੰ ਲੋੜ ਪਈ ਨਾ ਸਹਾਰੇ ਦੀ ਤਾਂ ਨੀਤੂ ਸਾਨੂੰ ਕਦੇ ਨਾ ਨਹੀਂ ਕਰੂਗੀ ਮੇਰਾ ਜਿਹੜਾ ਪੈਟ ਨੇਮ ਘਰ ਦਾ ਨੇਮ ਆ ਉਹ ਨੀਤੂ ਆ ਅਤੇ ਆਈ ਥਿੰਕ ਇਸ ਤੋਂ ਵੱਧ ਮੈਂ ਹੋਰ ਇਸ ਰਿਲੇਸ਼ਨ ਨੂੰ ਡਿਫਾਈਨ ਵੀ ਨਹੀਂ ਕਰ ਸਕਦੀ ਵੈਸੇ ਵੀ ਮਦਰ ਡਾਟਰ ਦਾ ਰਿਲੇਸ਼ਨ ਐਸਾ ਹੁੰਦਾ ਹੈ ਕਿ ਹਮ ਲੋਗ ਟੌਮ ਐਂਡ ਜੈਰੀ ਹੁੰਦੇ ਹਾਂ ਲੜਨਾ ਵੀ ਹੈ ਹਮੇ ਆਲ ਟਾਈਮ ਲੇਕਿਨ ਇੱਕ ਦੂਸਰੇ ਕੇ ਬਗੈਰ ਰਹਾ ਵੀ ਨਹੀਂ ਜਾਂਦਾ ਐਗਜ਼ੈਕਟਲੀ ਜਦੋਂ ਵੀ ਮੈਂ ਲਾਈਕ ਬਹੁਤ ਘੱਟ ਟਾਈਮ ਮਿਲਦਾ ਘਰ ਜਾਣ ਲਈ ਜਦੋਂ ਵੀ ਜਾਵਾਂ ਤੇ ਉਹਨਾਂ ਦਾ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਅੱਜ ਖਾਣਾ ਤਾਂ ਤੂੰ ਬਣਾ ਹੀ ਲਈ ਤੇ ਤੁਸੀਂ ਹੁਣ ਇੰਨੇ ਪ੍ਰੋਜੈਕਟ ਕਰ ਚੁੱਕੇ ਹੋਏ ਹੈ ਨਾ ਤੁਹਾਡਾ ਉਹਦੇ ਵਿੱਚ ਸਭ ਤੋਂ ਪਹਿਲਾ ਪ੍ਰੋਜੈਕਟ ਕਿਹੜਾ ਸੀਗਾ ਤੇ ਤੁਹਾਨੂੰ ਉਹ ਪ੍ਰੋਜੈਕਟ ਕਿੱਦਾਂ ਮਿਲਿਆ ਤੋਂ ਪਹਿਲਾਂ ਰੇਡੀਓ ਨਾਲ ਜੁੜੀ ਸੀਗੀ ਉਸ ਤੋਂ ਬਾਅਦ ਮੈਂ ਟੀ ਵੀ ਵੱਲ ਆਈ ਹਾਂ ਅਤੇ ਟੀ ਵੀ ਦੇ ਵਿੱਚ ਮੇਰਾ ਜਿਹੜਾ ਸਭ ਤੋਂ ਪਹਿਲਾ ਪ੍ਰੋਗਰਾਮ ਸੀਗਾ ਉਹ ਸੀਗਾ ਮੇਲੇ ਮਿੱਤਰਾਂ ਦੇ ਉਹਦੇ ਵਿੱਚ ਮੈਂ ਐਂਕਰਿੰਗ ਕੀਤੀ ਸੀ ਔਰ ਸਾਡੀ ਥੀਏਟਰ ਜਿਹੜੇ ਕਰਵਾਉਂਦੇ ਸੀ ਨਾ ਸਾਡੀ ਯੂਨੀਵਰਸਿਟੀ ਦੇ ਵਿੱਚ ਸਰ ਗੁਰਵਿੰਦਰ ਸਰ ਉਹਨਾਂ ਨੇ ਰੈਫਰੈਂਸ ਦਿੱਤਾ ਸੀਗਾ ਅਤੇ ਉਹਨਾਂ ਦੇ ਰੈਫਰੈਂਸ 'ਤੇ ਉਹ ਸ਼ੋਅ ਮੈਨੂੰ ਮਿਲਿਆ ਸੀ ਬਿਲਕੁਲ ਯਾਦ ਦੇਖ ਲਓ ਪਹਿਲਾ ਟੈਲੈਂਟ ਬਾਹਰ ਆ ਗਿਆ ਐਂਕਰਿੰਗ ਦਾ ਵੀ
ਹੌਲੀ ਹੌਲੀ ਕਰਕੇ ਸਾਰੇ ਬਾਹਰ ਆਣਗੇ ਤੁਸੀਂ ਆਓਗੇ ਸ਼ੋਰ ਫੋਰ ਸ਼ੋਰ ਵਿਸ਼ ਯੂ ਆਲ ਦ ਬੈਸਟ ਬਿਲਕੁਲ ਅੱਛਾ ਤੋ ਅਗਰ ਹਮ ਬਾਤ ਕਰੇ ਆਪਕੀ ਕਾਲਜ ਲਾਈਫ ਕੇ ਬਾਰੇ ਮੇਂ ਤੋ ਕਾਲਜ ਲਾਈਫ ਸਭੀ ਕੀ ਬਹੁਤ ਜ਼ਿਆਦਾ ਹੈਪਨਿੰਗ ਹੋਤੀ ਹੈ ਤੋ ਆਪ ਆਪਣੀ ਕਾਲਜ ਲਾਈਫ ਕੇ ਬਾਰੇ ਮੇਂ ਥੋੜਾ ਸਾ ਬਤਾਏ ਔਰ ਯੇ ਵੀ ਬਤਾਨਾ ਕਿ ਕੋਈ ਮੈਮੋਰੇਬਲ ਇਨਸੀਡੈਂਟ ਤੋ ਜ਼ਰੂਰ ਹੋਗਾ ਕੋਈ ਕਿ ਜਿਸ ਕੋ ਆਪ ਅਭੀ ਵੀ ਯਾਦ ਕਰਤੇ ਹੋ ਕਿ ਯਾਰ ਯੇ ਤੋ ਮੈਨੇ ਕੁਛ ਜ਼ਿਆਦਾ ਹੀ ਕਮਾਈ ਦਾ ਕੰਮ ਕਰ ਦਿਆ ਕਾਲਜ ਮੇਂ ਕਾਲਜ ਲਾਈਫ ਦੇ ਵਿੱਚ ਜਿੱਥੋਂ ਕੋਈ ਗੱਲ ਹੈ ਸ਼ਰਾਰਤਾਂ ਦੀ ਤਾਂ ਮੈਂ ਬਹੁਤ ਜ਼ਿਆਦਾ ਸ਼ਰੀਫ ਸਟੂਡੈਂਟ ਸੀ ਹਮ ਸ਼ਰੀਫ ਕਿਉਂ ਪੂਰੀ ਦੁਨੀਆ ਹੀ ਬਦਮਾਸ਼ ਬਣ ਗਈ ਪਰ ਨਹੀਂ ਦੁਨੀਆ ਬਦਮਾਸ਼ਾਂ ਹੋ ਗਈ ਸੀ ਐਕਚੁਲੀ ਜਿਹੜਾ ਮੈਮੋਰੇਬਲ ਇੰਸੀਡੈਂਟ ਹੈਗਾ ਆ ਮੇਰੀ ਸਟੂਡੈਂਟ ਲਾਈਫ ਦਾ ਉਹ ਸੀਗੀ ਸਟ੍ਰਾਈਕ ਜਿਹੜੀ ਹੋਸਟਲ ਔਰ ਯੂਨੀਵਰਸਿਟੀ ਨੇ ਸਾਰੇ ਸਟੂਡੈਂਟਸ ਨੇ ਇਕੱਠੇ ਹੋ ਕੇ ਮੇਰੇ ਅਗੇਂਸਟ ਕੀਤੀ ਸੀ ਉਸ ਟਾਈਮ ਮੈਨੂੰ ਇਹ ਲੱਗਦਾ ਸੀਗਾ ਕਿ ਜ਼ਿੰਦਗੀ 'ਚ ਇਸ ਤੋਂ ਵਰਸ ਕੁਛ ਨਹੀਂ ਹੋ ਸਕਦਾ ਪਰ ਜੇ ਮੈਂ ਅੱਜ ਗੱਲ ਕਰਾਂ ਜਾਂ ਉਸ ਤੋਂ ਬਾਅਦ ਦੇ ਸਫ਼ਰ ਦੀ ਗੱਲ ਕਰਾਂ ਯੂਨੀਵਰਸਿਟੀ ਤੋਂ ਬਾਹਰ ਨਿਕਲਣ ਤੋਂ ਬਾਅਦ ਜੋ ਕੁਛ ਹੋਇਆ ਜਾਂ ਮੇਰੀ ਲੋਕਾਂ ਨਾਲ ਜਿਵੇਂ ਦੀ ਡੀਲਿੰਗ ਸੀਗੀ ਮੈਂ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸੋਸ਼ਲ ਸੀ ਜਦੋਂ ਮੈਂ ਬਹੁਤ ਐਕਟਿਵ ਸੀਗੀ ਯੂਨੀਵਰਸਿਟੀ ਦੇ ਵਿੱਚ ਕਲਚਰਲ ਫੈਸਟ ਯੂਥ ਫੈਸਟ ਹੋਸਟਲ ਦਾ ਜਿੰਨੇ ਵੀ ਹੋਸਟਲ ਦੇ ਇਵੈਂਟਸ ਹੋਸਟਲ ਨਾਈਟਸ ਨਾ ਤੀਆਂ ਦਾ ਪ੍ਰੋਗਰਾਮ ਹੋ ਰਿਹਾ ਸਾਰਾ ਔਰਗੇਨਾਈਜ਼ ਕਰਨਾ ਯੂਥ ਫੈਸਟੀਵਲਸ ਜਿਹੜੇ ਹੁੰਦੇ ਸੀ ਯੂਨੀਵਰਸਿਟੀ ਸਾਡੀ GND ਓਰੀਜਨਲ ਕੈਂਪਸ ਉੱਥੇ ਹੁੰਦੇ ਸੀ ਸਾਰੇ ਹੀ ਕਾਲਜਸ ਦੇ ਨਾਲ ਕੋਂਟੈਕਟ ਕਰਨਾ ਸਭ ਨੂੰ ਟਾਈਮ ਦੇਣਾ ਬਹੁਤ ਐਕਟਿਵ ਸੀ ਫਸਟ ਟਾਈਮ ਜਦੋਂ ਕਲਚਰਲ ਫੈਸਟ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਹੋਸਟਲ 'ਚੋਂ ਨਿਕਲਦੀ ਸੀ ਬਹੁਤ 1 ਕਿਲੋਮੀਟਰ ਦਾ ਵੀ ਰਸਤਾ ਨਹੀਂ ਹੋਣਾ ਹੋਸਟਲ ਤੋਂ ਯੂਨੀਵਰਸਿਟੀ ਦਾ ਪਰ ਮੈਨੂੰ ਉਹਦੇ ਵਿੱਚ ਵੀ 1.5 ਘੰਟਾ ਲੱਗ ਜਾਂਦਾ ਸੀ ਔਰ ਹਰ ਕਿਸੇ ਦੇ ਨਾਲ ਗੱਲਬਾਤ ਕਰਦੇ ਕਰਦੇ ਪਹੁੰਚਣਾ ਨਾ ਅਤੇ ਫਿਰ ਕੀ ਹੋਇਆ ਲਾਸਟ ਈਅਰ ਦੇ ਵਿੱਚ ਜਦੋਂ ਮੈਂ ਹੈੱਡ ਗਰਲ ਬਣੀ ਹਾਂ ਕਲਚਰਲ ਹੈੱਡ ਮੈਂ ਰਹੀ ਹਾਂ ਥਰੂ ਆਊਟ ਦਾ ਟਾਈਮ ਮੈਂ ਪਹਿਲਾਂ ਲਾਅ ਕੀਤੀ BA LLB ਓਨਰਸ 5 ਸਾਲ ਦੀ ਕਿ ਲਾਅ ਦੇ ਸਟੂਡੈਂਟ ਹੈ ਇੱਕ ਹੋਰ ਟੈਲੈਂਟ ਹੈ ਕਿ ਲਾਇਰ ਵੀ ਹੈ ਇਹ ਐਂਕਰ ਵੀ ਹੈ ਇਹ ਐਕਟਰ ਵੀ ਹੈ ਇਹਨੇ ਆਰਟ ਵੀ ਕੀਆ ਹੋਇਆ ਹੈ ਬਾਕੀ ਟੈਲੈਂਟ ਧੀਰੇ ਧੀਰੇ ਬਤਾਤੇ ਹੈ ਹਾਂ ਨਹੀਂ ਅਭੀ ਤੱਕ ਕਿਸੇ ਦੀ ਕਨਵਰਸੇਸ਼ਨ ਹੈ ਉਸਮੇ ਇਤਨੇ ਤੋਂ ਪਤਾ ਚੱਲ ਗਏ ਚਾਰ ਓਕੇ ਕੀ ਹੋਇਆ ਕਿ ਮੇਰੇ ਕੁਛ ਕਲਾਸਮੇਟਸ ਸੀਗੇ ਫੀਮੇਲ ਓਬਵੀਅਸਲੀ ਜੈਲਸ ਸੀ ਉਹਨਾਂ 'ਚ ਹੁੰਦੀ ਨੂੰ ਅਤੇ ਮੈਨੂੰ ਨਾ ਕਦੇ ਲੱਗਿਆ ਨਹੀਂ ਸੀਗਾ ਮੈਂ ਮੰਨਦੀ ਨਹੀਂ ਹੁੰਦੀ ਸੀ ਇਸ ਗੱਲ ਨੂੰ ਵੀ ਕੁੜੀਆਂ ਦੇ ਵਿੱਚ ਬਹੁਤ ਜੈਲਸੀ ਹੁੰਦੀ ਆ ਪਰ ਉਹ ਜਿਹੜਾ ਇੰਸੀਡੈਂਟ ਸੀ ਉਹ ਪ੍ਰੂਫ ਕਰ ਗਿਆ ਕਿ ਜੈਲਸੀ ਸੱਚੀ ਕੁੜੀਆਂ 'ਚ ਹੀ ਹੁੰਦੀ ਹੈ ਅਤੇ ਕੁੜੀਆਂ ਦੇ ਪਿੱਛੇ ਬਈ ਕਈ ਸਾਰੇ ਮੁੰਡੇ ਸਟੈਂਡ ਲੈ ਜਾਂਦੇ ਸੋ ਉਹ ਇਸ ਤਰ੍ਹਾਂ ਹੋ ਗਿਆ ਸੀਗਾ ਵੀ ਇਹ ਹੈੱਡ ਗਰਲ ਕਿਉਂ ਆ ਇਹ ਸਾਰਾ ਸਾਲ ਵੀ ਰਹੀ ਹੈ ਮੈਂ ਈਵਨ ਆਈ ਥਿੰਕ 4th ਈਅਰ ਦੇ ਵਿੱਚ ਵੀ ਆਈ ਵਾਜ਼ ਅ ਹੈੱਡ ਗਰਲ ਹੈ ਨਾ ਅਤੇ ਇਸ ਕਰਕੇ ਉਹ ਹੋਇਆ ਐਂਡ ਉਸ ਤੋਂ ਬਾਅਦ ਬਹੁਤ ਅੱਛਾ ਰਿਹਾ ਹੁਣ ਤੱਕ ਦਾ ਜ਼ਿੰਦਗੀ ਦਾ ਸਫ਼ਰ ਮੈਨੂੰ ਸਮਝ ਆ ਗਈ ਕਿ ਦੋਸਤ ਕੌਣ ਹੁੰਦੇ ਨੇ ਦੁਸ਼ਮਣ ਨਹੀਂ ਕਹੂੰਗੀ ਕਿਉਂਕਿ ਦੁਸ਼ਮਣ ਤੁਹਾਡਾ ਕੋਈ ਨਹੀਂ ਹੁੰਦਾ ਜਿਹੜੇ ਲੋਕ ਤੁਹਾਨੂੰ ਸਿਖਾ ਜਾਂਦੇ ਨੇ ਨਾ ਆਈ ਥਿੰਕ ਦੋਸਤੀ ਨਾਲੋਂ ਵੱਧ ਜਿਹੜੀ ਇੱਕ ਸੈਂਸ ਆ ਰਿਲੇਸ਼ਨਸ਼ਿਪ ਦੀ ਉਹ ਸਮਝਾ ਜਾਂਦੇ ਨੇ ਬਿਲਕੁਲ ਬਿਲਕੁਲ ਵੈਸੇ ਵੀ ਕਹਤੇ ਹੈ ਕਿ ਇੱਕ ਸਕਸੈਸਫੁਲ ਇਨਸਾਨ ਕੀ ਲਾਈਫ ਮੇਂ ਇੱਕ ਲੋ ਜ਼ਰੂਰ ਆਨਾ ਚਾਹੀਏ ਹਾਂ ਬਿਲਕੁਲ ਯਹੀਂ ਸੇ ਉੱਠ ਕੇ ਆਪ ਉੱਪਰ ਜਾ ਸਕਦੇ ਹੋ ਮੈਂ ਉਸ ਟਾਈਮ ਜਦੋਂ ਮੈਂ ਯੂਨੀਵਰਸਿਟੀ 'ਚ ਸੀ ਮੇਰੇ ਮਾਈਂਡ ਦੇ ਵਿੱਚ ਈਵਨ ਹੁਣ ਵੀ ਮਤਲਬ ਮੈਂ ਜਦੋਂ ਕਦੇ ਕਿਸੇ ਨੂੰ ਪਹਿਲੀ ਵਾਰ ਮਿਲਦੀ ਮੇਰੇ ਮਾਈਂਡ ਦੇ ਵਿੱਚ ਕਿਸੇ ਲਈ ਕੋਈ ਰਾਏ ਨਹੀਂ ਬਣਦੀ ਅਤੇ ਉਦੋਂ ਵੀ ਨਹੀਂ ਬਣਦੀ ਸੀ ਆਈ ਵਾਜ਼ ਵੈਰੀ ਫਰੈਂਕ ਵਿਦ ਮਾਈ ਆਲ ਦ ਫੈਕਲਟੀ ਟੀਚਰਸ ਦੇ ਨਾਲ ਹੋਸਟਲ ਦਾ ਸਟਾਫ ਹੈ ਕਾਲਜ ਦਾ ਸਟਾਫ ਹੈ ਸਟੂਡੈਂਟਸ ਨੇ ਕਿਸੇ ਦੇ ਨਾਲ ਈਵਨ ਬਾਹਰਲੇ ਜਿਹੜੇ ਸਟੂਡੈਂਟਸ ਆਉਂਦੇ ਹੁੰਦੇ ਸੀ ਜਾਂ ਟੀਚਰਸ ਆਉਂਦੇ ਹੁੰਦੇ ਸੀ ਕਾਲਜਸ 'ਤੇ ਵੀ ਸਾਰੇ ਨਾਲ ਆਈ ਵਾਜ਼ ਵੈਰੀ ਫਰੈਂਕ ਪਰ ਉਦੋਂ ਉਹ ਚੀਜ਼ ਇੱਕ ਫੁੱਲ ਸਟੋਪ ਸੀ ਕਿ ਨਹੀਂ ਹੁਣ ਇਹ ਟਾਈਮ ਆ ਗਿਆ ਕਿ ਲੋਕਾਂ ਨੂੰ ਸੀਰੀਅਸ ਲਿਆ ਜਾਵੇ ਸੋ ਦੈਟ ਵਾਜ਼ ਦ ਬ੍ਰੇਕ ਇੱਕ ਦੋ ਮਹੀਨੇ ਲੱਗ ਰਹੇ ਜਾਂ ਤਿੰਨ ਮਹੀਨੇ ਤੇ ਮੈਨੂੰ ਨਹੀਂ ਪਤਾ ਮੈਂ ਸਿਰਫ ਪੇਪਰ ਦੇਣ ਜਾਂਦੀ ਸੀ ਔਰ ਫਾਰਚੂਨੇਟਲੀ ਮੇਰੀ ਕਦੇ ਕੋਈ ਸਪਲੀ ਵੀ ਨਹੀਂ ਆਈ ਇਸ ਗੱਲ ਦੀ ਮੈਨੂੰ ਜ਼ਿਆਦਾ ਹੈਰਾਨੀ ਹੁੰਦੀ ਸ਼ਾਇਦ ਤਾਂ ਵੀ ਨਾ ਤੁਹਾਡੇ ਤੋਂ ਕੋਈ ਜੈਲਸ ਕਰਦੇ ਹੋਣ ਹਾਂ ਉਹ ਹੋ ਸਕਦਾ ਹੈ ਨਾ ਵੈਸੇ ਇਹ ਵੀ ਚੀਜ਼ ਨਾ ਜਿਹੜੇ ਜੈਲਸ ਕਰਦੇ ਉਹਨਾਂ ਤੋਂ ਹੀ ਆਪਾਂ ਸਿੱਖਦੇ ਹਾਂ ਕਿ ਆਪਾਂ ਕਿੱਦਾਂ ਉਹਨਾਂ ਨੂ
किसी के साथ हम कंपेयर कर ही नहीं सकते। तो फिर मेरे पर डायलॉग बोलो, आई एम नॉट हियर टू कम्पीट टू एनीवन, आई एम हियर टू रूल। ऑब्वियसली ऑब्वियसली तुसी किसी नु रूल ना करो,
ਤੁਸੀਂ ਆਪਣੇ ਕੌਨਸ਼ੀਅਸ ਸਬਕੌਨਸ਼ੀਅਸ ਮਾਈਂਡ ਨੂੰ ਰੂਲ ਕਰਨ ਲੱਗ ਜਾਓ ਨਾ, ਉਹ ਵੀ ਇੱਕ ਅਚੀਵਮੈਂਟ ਹੁੰਦੀ ਹੈ ਤੁਹਾਡੀ, ਕਿਉਂਕਿ ਮੋਸਟਲੀ ਅਸੀਂ ਗਵਾਚੇ ਹੀ ਰਹਿੰਦੇ ਹਾਂ. ਮੈਨੂੰ ਐਂ ਲੱਗਦਾ ਕਿ ਉਹ ਸਫ਼ਰ ਵੀ ਮੇਰਾ ਕੁਛ ਹੱਦ ਤੱਕ ਸ਼ੁਰੂ ਹੋ ਗਿਆ. ਬਿਲਕੁਲ, ਸਭ ਤੋਂ ਮੇਨ ਗੱਲ ਹੁੰਦੀ ਹੈ ਕਿ ਦਿਲ ਦੇ ਵਿੱਚ ਜਗ੍ਹਾ ਬਣਾਉਣੀ ਕਿਸੇ ਦੀ. ਐਗਜ਼ੈਕਟਲੀ. ਆਲਰਾਈਟ. ਅੱਛਾ, ਜੈਸੇ ਕਿ ਹਮੇਂ ਪਤਾ ਚੱਲ ਹੀ ਗਿਆ ਹੈ ਕਿ ਆਪ ਬਹੁਤ ਹੀ ਜ਼ਿਆਦਾ ਮਲਟੀ ਟੈਲੈਂਟਡ ਹੋ, ਆਪਨੇ ਕਿਤਨਾ ਕੁਛ ਕੀਆ ਹੋਇਆ ਹੈ ਐਕਟਿੰਗ ਕੇ ਇਲਾਵਾ. ਤੋ ਸਭਸੇ ਪਹਿਲੇ ਆਪ ਆਰਜੀਇੰਗ ਮੇਂ ਗਏ, ਉਸਕੀ ਕੈਸੇ ਬਣੀ, ਆਪਕਾ ਕੈਸੇ ਚਾਂਸ ਬਣਾ, ਆਪਨੇ ਲਾਅ ਕਰੀ ਔਰ ਲਾਅ ਕੇ ਬਾਅਦ ਸਿੱਧਾ ਹੀ ਆਰਜੀ? ਮੈਂ ਪਲੱਸ ਟੂ ਬਿਲਕੁਲ ਡਿਫਰੈਂਟ ਕੀਤੀ, ਦੈਟ ਵਾਜ਼ ਅ ਵੋਕੇਸ਼ਨਲ ਸਟ੍ਰੀਮ, ਇੰਜੀਨੀਅਰਿੰਗ ਕੀਤੀ ਹੋਈ ਆ, ਔਰ ਉਸ ਤੋਂ ਬਾਅਦ ਸਿੱਧਾ ਲਾਅ 'ਚ ਸ਼ਿਫਟ. ਅਤੇ ਦੈਨ ਰੇਡੀਓ ਦੇ ਵਿੱਚ ਮੈਂ ਕਹਿ ਸਕਦੀ ਕਿ ਮੇਰੀ ਕੋਈ ਪਲੈਨਿੰਗ ਨਹੀਂ ਸੀ ਇਸ ਇੰਡਸਟਰੀ ਵਿੱਚ ਆਉਣ ਦੀ ਹੀ ਮੇਰੀ ਕੋਈ ਪਲੈਨਿੰਗ ਨਹੀਂ ਸੀ. ਮੇਰੀ ਪਲੈਨਿੰਗ ਸਿਰਫ ਅਤੇ ਸਿਰਫ ਲਾਅ ਲਈ ਸੀ, ਜਿਹਦੇ ਵਿੱਚ ਮੈਂ ਹਾਰਡਲੀ ਆਈ ਥਿੰਕ ਜੇ ਥੋੜ੍ਹਾ ਥੋੜ੍ਹਾ ਕਰਕੇ ਵੀ ਕਰਾਂ ਤਾਂ 7-8 ਮਹੀਨੇ ਤੋਂ ਵੱਧ ਮੈਂ ਇਸ ਪ੍ਰੋਫੈਸ਼ਨ 'ਚ ਕੁਛ ਨਹੀਂ ਕੀਤਾ. 2 ਪ੍ਰੈਕਟਿਸ ਜੁਆਇਨ ਕੀਤੀ ਆ ਔਰ 2 ਨਹੀਂ ਕਰ ਪਾਈ ਕੰਟੀਨਿਊ. ਮਲਟੀਨੈਸ਼ਨਲ 'ਚ ਗਈ ਹਾਂ ਅਤੇ ਨਹੀਂ ਕਰ ਪਾਈ ਕੰਟੀਨਿਊ. ਆਰਜੇ ਦਾ ਆਡੀਸ਼ਨ ਦਿੱਤਾ ਪਹਿਲੀ ਵਾਰ, ਉਹ ਕਲੀਅਰ ਹੋ ਗਿਆ. ਰੇਡੀਓ ਦੇ ਵਿੱਚ ਡਰਾਮਾ ਆਰਟਿਸਟ ਦਾ ਦਿੱਤਾ, ਉਹ ਕਲੀਅਰ ਹੋ ਗਿਆ. ਕਿਸੇ ਫਿਲਮ ਦਾ ਜਿਹੜਾ ਵੀ ਆਡੀਸ਼ਨ ਦਿੱਤਾ, ਮੋਸਟਲੀ ਐਵੇਂ ਹੋਇਆ ਕਿ ਉਹ ਕਲੀਅਰ ਹੋ ਗਿਆ, ਰਾਈਟ? ਅਤੇ ਫਿਰ ਦੂਰਦਰਸ਼ਨ ਦੇ ਵਿੱਚ ਜਦੋਂ ਡਰਾਮਾ ਆਰਟਿਸਟ ਦਾ ਆਡੀਸ਼ਨ ਦਿੱਤਾ, ਫਸਟ ਟਾਈਮ 'ਚ ਉਹ ਕਲੀਅਰ ਹੋ ਗਿਆ. ਇਸ ਕਰਕੇ ਇਹਨਾਂ ਕਨੈਕਸ਼ਨ ਬਣਦਾ ਗਿਆ ਨਾਲ ਦੀ ਨਾਲ, ਕੜੀਆਂ ਜੁੜਦੀਆਂ ਜੁੜਦੀਆਂ ਇੱਕ ਕਿੱਸਾ ਕਹਿੰਦੇ ਹੁੰਦੇ ਨਾ ਬਣਦਾ, ਉਹ ਮੇਰੀ ਜ਼ਿੰਦਗੀ ਦਾ ਇਹ ਵਾਲਾ ਕਿੱਸਾ ਇਸ ਤਰ੍ਹਾਂ ਬਣਿਆ. ਮੈਨੂੰ ਇੱਥੇ ਵੀ ਇੱਕ ਡਾਇਲੋਗ ਯਾਦ ਆ ਗਿਆ, ਕਨੈਕਸ਼ਨ ਬਿਨਾਂ ਕਮਾਲ ਕੀ ਚੀਜ਼ ਹੈ, ਮਤ ਪੁੱਛੋ ਕੈਸੇ, ਬਸ ਹੋ ਗਿਆ ਤਾਂ ਹੋ ਗਿਆ. ਸੋ ਜਿੱਦਾਂ ਮੈਂ ਕਿਹਾ ਕਿ ਮਲਟੀ ਟੈਲੈਂਟ ਹੈਗੇ ਹੈ ਨਾ, ਤੁਸੀਂ ਐਂਕਰਿੰਗ ਵੀ ਬਹੁਤ ਕੀਤੀ ਹੋਈ ਹੈ ਜੀ. ਤੁਸੀਂ 8 ਸ਼ੋਅਜ਼ ਮੇਰੇ ਹਿਸਾਬ ਨਾਲ ਐਂਕਰਿੰਗ ਕੀਤੇ ਹੋਏ ਨਾ, ਉਹਦੇ ਵਿੱਚ ਤੁਹਾਡਾ ਇੱਕ ਮਾਸਟਰ ਸ਼ੈਫ ਵੀ ਹੈਗਾ. ਉਹਦਾ ਮੇਰੇ ਹਿਸਾਬ ਨਾਲ ਤੁਹਾਨੂੰ ਕਾਫੀ ਫਾਇਦਾ ਹੁੰਦਾ ਹੋਣਾ, ਕਾਫੀ ਨਵੀਆਂ ਨਵੀਆਂ ਡਿਸ਼ਿਜ਼ ਖਾਣ ਨੂੰ ਵੀ ਮਿਲਦੀਆਂ ਹੋਣੀਆਂ. ਐਗਜ਼ੈਕਟਲੀ, ਨਵੀਆਂ ਨਵੀਆਂ ਖਾਣ ਨੂੰ ਤੇ ਮਿਲਦੀਆਂ ਸੀਗੀਆਂ, ਦੇਖਣ ਨੂੰ ਮਿਲਦੀਆਂ ਸੀ, ਔਰ ਮੈਨੂੰ ਐਂ ਲੱਗਦਾ ਸੀ ਕਿ ਯਾਰ ਮੈਂ ਬਹੁਤ ਲਾਈਕ ਘੈਂਟ ਵਾਲੀ ਕੁੱਕ ਹਾਂ, ਹੈ ਨਾ, ਬਹੁਤ ਅੱਛੀ ਕੁੱਕ ਹਾਂ, ਔਰ ਖਾਣਾ ਬਣਾਉਣਾ ਸੱਚੀ ਮੇਰਾ ਸ਼ੌਂਕ ਆ. ਮਤਲਬ ਜੇ ਕੋਈ ਮੇਰਾ ਡੇ ਫ੍ਰੀ ਹੋਵੇ ਨਾ, ਤਾਂ ਮੈਂ 3 ਵੱਖਰਾ ਵੱਖਰਾ ਖਾਣਾ ਬਣਾਉਣਾ, ਔਰ ਬਣਾਉਣਾ ਵੀ ਇੰਨਾ ਜ਼ਿਆਦਾ ਕਿ 3-4 ਜਾਣੇ ਜੇ ਆ ਵੀ ਜਾਣ ਤਾਂ ਕੋਈ ਪ੍ਰੋਬਲਮ ਨਹੀਂ, ਹੈ ਨਾ. ਅਤੇ ਮਾਸਟਰ ਸ਼ੈਫ ਦੇ ਵਿੱਚ ਬਹੁਤ ਨਵੀਆਂ ਨਵੀਆਂ ਡਿਸ਼ਿਜ਼ ਸੀਗੀਆਂ, ਔਰ ਸਪੈਸ਼ਲੀ ਉਹਨਾਂ ਦੀ ਪ੍ਰੈਜੈਂਟੇਸ਼ਨ ਇੰਨੀ ਸੋਹਣੀ ਸੀ ਨਾ, ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਯਾਰ, ਫਿਰ ਮੈਨੂੰ ਲੱਗਣ ਲੱਗ ਗਿਆ ਕਿ ਨਹੀਂ, ਥੋੜ੍ਹੀ ਹਾਲੇ ਕਮੀ ਹੈ ਖਾਣਾ ਬਣਾਉਣ 'ਚ, ਉਹਦੀ ਪ੍ਰੈਜੈਂਟੇਸ਼ਨ 'ਚ, ਹੈ ਨਾ. ਜਿਵੇਂ ਆਪਾਂ, ਮੈਂ ਪਿੰਡ ਤੋਂ ਹਾਂ, ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਆਉਣ ਵਾਲੇ ਜਿਹੜੇ ਵੀ ਬੰਦੇ ਦੀ ਆਉਭਗਤ ਚੰਗੀ ਤਰ੍ਹਾਂ ਕੀਤੀ ਜਾਏ ਆ, ਜੇ ਆਪਣੇ ਲਈ ਵੀ, ਮੈਂ ਉਹ ਬੰਦਾ ਵਾਂ, ਉਹ ਇਨਸਾਨ ਆ ਵੀ ਜਿਹਨੇ ਆਪਣੇ ਲਈ ਵੀ ਖਾਣਾ ਬਣਾਇਆ ਨਾ, ਅਤੇ ਪੂਰੇ ਸ਼ੌਂਕ ਨਾਲ, ਪਿਆਰ ਨਾਲ ਸਜਾ ਕੇ ਰੱਖਣਾ, ਬਹਿ ਕੇ ਫਿਰ ਅਰਦਾਸ ਕਰਨੀ. ਅਤੇ ਪਰ ਮੈਨੂੰ ਲੱਗਿਆ ਕਿ ਦੇਖਣ ਨੂੰ ਵੀ ਸੋਹਣਾ ਲੱਗਣਾ ਚਾਹੀਦਾ ਉਹਦੀ ਪ੍ਰੈਜੈਂਟੇਸ਼ਨ ਵਧੀਆ. ਹਾਂ, ਐਗਜ਼ੈਕਟਲੀ, ਭਾਵੇਂ ਆਪ ਵੀ ਖਾਣਾ ਹੈ ਤਾਂ. ਹੁਣ ਉਸ ਤੋਂ ਬਾਅਦ ਮੇਰੀ ਆਪਣੀ ਕੁਕਿੰਗ ਦੇ ਵਿੱਚ ਅਤੇ ਖਾਣਾ ਸਰਵ ਕਰਨ 'ਚ ਬਹੁਤ ਚੇਂਜਸ ਆਏ. ਮਤਲਬ ਮਾਸਟਰ ਸ਼ੈਫ ਨੇ ਆਪਕੋ ਬਹੁਤ ਕੁਝ ਸਿਖਾਇਆ, ਬਹੁਤ ਕੁਝ. ਮੈਂ ਤਾਂ ਕਹਿੰਦੀ ਕਿ ਕੋਈ ਵੀ ਚੀਜ਼ ਜਿਹੜੀ ਤੁਸੀਂ ਕਰਦੇ ਹੋ ਨਾ, ਕੋਈ ਵੀ ਕੰਮ, ਡੈਫੀਨੇਟਲੀ ਤੁਹਾਨੂੰ ਪ੍ਰੋਫੈਸ਼ਨਲੀ ਜੋ ਕੁਝ ਸਿਖਾਉਂਦਾ ਹੈ, ਪਰਸਨਲੀ ਉਸ ਤੋਂ ਜ਼ਿਆਦਾ ਸਿਖਾਉਂਦਾ. ਬਿਲਕੁਲ, ਤੁਸੀਂ ਓਬਜ਼ਰਵ ਕਰਦੇ ਹੋ. ਅੱਛਾ, ਆਪਕਾ ਇੱਕ ਕਾਮੇਡੀ ਸੀਰੀਅਲ ਵੀ ਰਹਾ ਹੈ, ਆਪਨੇ ਕਾਮੇਡੀ ਸੀਰੀਅਲ ਮੇਂ ਵੀ ਕੰਮ ਕੀਤਾ. ਹਾਂ, ਉਤਾਰੀਆਂ ਜੀ ਪੰਜਾਬ ਤੇ ਚੱਲੇ ਸੀ. ਇੱਕ ਹੋਰ ਟੈਲੈਂਟ. ਮੈਨੂੰ ਕਦੇ ਨਹੀਂ ਲੱਗਿਆ ਸੀ ਮੈਂ ਕਾਮੇਡੀ ਕਰ ਸਕਦੀ. ਈਵਨ ਜਦੋਂ ਮੈਂ ਜਲੰਧਰ 'ਚ ਥੀਏਟਰ ਕਰਦੀ ਸੀ ਨਾ, ਅਤੇ ਇੱਥੇ ਸਰ ਹੈਗੇ ਨੇ ਇੱਕ ਸਾਡੇ, ਉਹ ਕਹਿੰਦੇ ਹੁੰਦੇ ਸੀ ਕਿ ਅਵਰਿੰਦਰ, ਕਾਮੇਡੀ ਮੈਂ ਤੁਹਾਡਾ ਹੱਥ ਬੜਾ ਟਾਈਟ ਹੈ, ਮੈਂ ਨਾ ਚਾਹ ਕੇ ਵੀ ਟਰਾਈ ਨਹੀਂ ਕਰ ਸਕਦਾ. ਔਰ ਬਾਏ ਚਾਂਸ ਆਈ ਥਿੰਕ ਉਸ ਤੋਂ 2 ਬਾਅਦ ਹੀ ਉਹ ਸ਼ੋਅ ਮੈਂ ਕੀਤਾ. ਮੈਨੂੰ ਲੱਗਿਆ ਕਿ ਚੰਗਾ ਹੋਇਆ ਵੀ ਮੈਂ ਉਦੋਂ ਜਵਾਬ ਨਹੀਂ ਦਿੱਤਾ, ਇਸ ਸ਼ੋਅ ਨੇ ਦਿੱਤਾ. ਉਹ ਨਾ ਬਹੁਤ ਫਨੀ ਜਿਹਾ ਸੀਗਾ, ਐਪੀਸੋਡਿਕ ਸੀਗਾ. ਉਹਦੇ 'ਚ ਨਾ ਡਿਫਰੈਂਟ ਡਿਫਰੈਂਟ ਸਟੋਰੀਜ਼ ਚੱਲਦੀਆਂ ਸੀ. ਮੇਰਾ ਕਰੈਕਟਰ ਸੀਗਾ ਦਿਲਾਵਰ ਸਿੱਧੂ ਸੀਗੇ ਮੇਰੇ ਆਪੋਜ਼ਿਟ, ਅਤੇ ਉਹਨਾਂ ਨਾਲ ਉਹਨਾਂ ਦੀ ਵਾਈਫ ਦਾ ਕਰੈਕਟਰ ਸੀਗਾ, ਔਰ ਅੱਛੀ ਅੱਛੀ ਸਾਡੀ ਜਿਹੜੀ ਲਾਈਕ ਯੂ ਨੋ ਲੁੱਕ ਸੀਗੀ, ਕੁਛ ਨਾ ਕੁਛ ਡਿਫਰੈਂਟ ਹੁੰਦਾ ਸੀ, ਕਦੇ ਟੋਪੀ ਪਾਈ ਹੋਈ ਆ, ਕਦੇ ਸਲਵਾਰ ਉੱਚੀ ਹੈ, ਕੁਛ ਵੀ ਨਾ. ਕਹਿਣ ਨੂੰ ਉਹ ਲੇਡੀ ਜਿਹੜੀ ਸੀ ਬਾਹਰੋਂ ਆਈ ਹੋਈ ਸੀਗੀ, ਪ੍ਰਟੈਂਡ ਐਂ ਕਰਦੀ ਸੀ ਵੀ ਮੇਰੇ ਜਿੰਨਾ ਪਤਾ ਕਿਸੇ ਨੂੰ ਨਹੀਂ ਹੈਗਾ, ਪਰ ਉਹ ਸੀਗੀ ਡੰਬੋ. ਵੈਸੇ ਆਪਕੀ ਜਿੰਨੀ ਵੀ ਕਨਵਰਸੇਸ਼ਨ ਹੈ ਔਰ ਆਪਕਾ ਜੋ ਵੀ ਜਰਨੀ ਹੈ ਅਬ ਤੱਕ ਕਾ, ਸੁਣ ਕੇ ਮੁਝੇ ਵੋ ਗਾਣਾ ਬਾਰ ਬਾਰ ਮੇਰੇ ਦਿਮਾਗ ਮੇਂ ਚੱਲ ਰਹਾ ਹੈ, ਸਵੀਡਿਸ਼ ਮਾਫੀਆ ਕਾ, ਡੋਂਟ ਯੂ ਵਰੀ ਚਾਇਲਡ, ਸੀ ਹੈਵਨਸ ਗੋਟ ਅ ਪਲਾਨ ਫੋਰ ਯੂ. ਐਗਜ਼ੈਕਟਲੀ. ਜੋ ਮਰਜ਼ੀ ਆਪਨੇ ਪੜ ਲਿਆ ਹੈ, ਆਪ ਆਪਣੇ ਦਿਮਾਗ ਮੇਂ ਇੱਕ ਨੋਸ਼ਨ ਬਣਾ ਕੇ ਚੱਲ ਰਹੇ ਹੋ ਕਿ ਯਾਰ ਮੁਝੇ ਲਾਇਰ ਬਣਨਾ ਹੈ, ਮੈਨੇ ਲਾਅ ਕਰ ਲਈ ਹੈ, ਬਟ ਦੈਨ ਯੂ ਨੈਵਰ ਨੋ ਕਿ ਉਹਨਾਂ ਨੇ ਆਪਕੇ ਲਈ ਕਿਆ ਸੋਚਾ, ਕਿਆ ਪਲਾਨਸ ਰੱਖੇ ਹੈ. ਸੋ ਅਭੀ ਤੱਕ ਕੀ ਆਪਕੀ ਸਾਰੀ ਜਰਨੀ ਸੁਣ ਕੇ ਇਹ ਕੰਸਟੈਂਟਲੀ ਮੇਰੇ ਦਿਮਾਗ ਮੇਂ ਇਹ ਆਈ ਜਾ ਰਿਹਾ, ਆਈ ਜਾ ਰਿਹਾ, ਆਈ ਜਾ ਰਿਹਾ ਸੌਂਗ, ਬਟ ਦੈਨ ਯੈਸ, ਦਿਸ ਇਜ਼ ਟਰੂ. ਈਵਨ ਜਿਹੜੇ ਸਾਡੇ ਆਲਰੇਡੀ ਵੀ ਜਿਹੜੇ ਅਸੀਂ ਪਲਾਨ ਬਣਾਉਂਦੇ ਹਾਂ, ਜਦੋਂ ਫੇਲ ਹੋ ਜਾਂਦੇ ਉਸ ਤੋਂ ਬਾਅਦ ਸਡਨਲੀ ਕੁਛ ਅੱਛਾ ਹੋ ਜਾਏ ਤਾਂ ਲੱਗਦਾ ਹੁੰਦਾ ਕਿ ਯਾਰ ਸੀਰੀਅਸਲੀ, ਸਡਨ ਪਲਾਨਸ ਆਰ ਆਲਵੇਜ਼ ਆਲਸੋ.
ਮੇਰੇ ਨਾਲ ਮੇਰੇ ਕਰੀਅਰ ਦੇ ਵਿੱਚ ਐਵੇਂ ਹੀ ਹੋਇਆ, ਸਡਨਲੀ ਹੀ ਹੋਇਆ, ਔਰ ਮੇਰਾ ਇਹਦੇ ਵਿੱਚ ਕੁਛ ਵੀ ਪਲਾਨ ਨਹੀਂ ਸੀ। ਈਵਨ ਹੁਣ ਵੀ ਮੈਨੂੰ ਜੇ ਤੁਸੀਂ ਇਹ ਪੁੱਛੋ ਨਾ ਕਿ ਅੱਗੇ ਤੁਸੀਂ ਕੀ ਕਰਨਾ ਹੈ ਤੁਹਾਡਾ ਕੀ, ਮੈਨੂੰ ਇਹ ਲੱਗਦਾ ਕਿ ਯਾਰ ਚੀਜ਼ਾਂ ਜਿਵੇਂ ਹੋ ਰਹੀਆਂ ਨੇ ਸਮੂਥ ਹੋ ਰਹੀਆਂ ਨੇ, ਔਰ ਸਮ ਟਾਈਮਸ ਇਟ ਇਜ਼ ਰੀਅਲੀ ਗੁੱਡ ਟੂ ਗੋ ਵਿਦ ਦ ਫਲੋ ਵੈਨ ਸਪੈਸ਼ਲੀ ਡੈਸਟਨੀ ਐਂਡ ਯੋਰ ਹੋਲ ਜਰਨੀ ਇਜ਼ ਇਨ ਯੋਰ ਫੇਵਰ, ਦ ਹੋਲ ਥਿੰਗਸ ਆਰ ਗੋਇੰਗ ਐਜ਼ ਯੂ ਵਾਂਟ, ਔਰ ਜੇ ਤੁਹਾਨੂੰ ਉਸ ਚੀਜ਼ ਤੋਂ ਖੁਸ਼ੀ ਮਿਲ ਰਹੀ ਹੈ ਤਾਂ ਫਿਰ ਮੇਰੇ ਖਿਆਲ 'ਚ ਇਸ ਤੋਂ ਉੱਪਰ ਦੀ ਕੋਈ ਚੀਜ਼ ਹੀ ਨਹੀਂ ਹੈ। ਬਿਲਕੁਲ, ਕਿਉਂਕਿ ਖੁਸ਼ੀ ਹੀ ਸਭ ਤੋਂ ਵੱਡੀ ਜਿਹੜੀ ਸਾਡੀ ਡਿਜ਼ਾਇਰ ਹੈ, ਡਿਜ਼ਾਇਰ ਕਹਿ ਲਓ ਜਾਂ ਹਰ ਇਨਸਾਨ ਖੁਸ਼ ਰਹਿਣਾ ਚਾਹੁੰਦਾ। ਜੇ ਤੁਸੀਂ ਆਪਣੇ ਕੰਮਾਂ ਕਰਕੇ ਖੁਸ਼ ਰਹਿ ਸਕਦੇ ਹੋ ਤਾਂ ਫਿਰ ਕਿਆ ਬਾਤ ਹੈ। ਰਾਤ ਕੋ ਸੋਨੇ ਸੇ ਪਹਿਲੇ ਅਗਰ ਆਪਕੇ ਮਨ ਮੇਂ ਵੋ ਸੈਟੀਸਫੈਕਸ਼ਨ ਹੈ ਕਿ ਯਾਰ ਮੈਂ ਕੁਛ ਵਰਥਵਾਈਲ ਕਰ ਰਹਾ ਹਾਂ, ਉਸਸੇ ਬੈਸਟ ਆਈ ਡੋਨਟ ਥਿੰਕ ਸੋ ਕੋਈ ਫੀਲਿੰਗ ਹੋ ਸਕਦੀ ਹੈ ਇਸ ਵਰਲਡ ਮੇਂ। ਵੈਸੇ ਵੀ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਹਾਂ ਬਿਲਕੁਲ, ਮੈਨੂੰ ਇੱਥੇ ਵੀ ਡਾਇਲੋਗ ਯਾਦ ਆ ਰਿਹਾ, ਜ਼ਰੂਰ ਜ਼ਰੂਰ ਜ਼ਰੂਰ, ਜੀਓ ਖੁਸ਼ ਰਹੋ ਮੁਸਕਰਾਓ ਕਿਆ ਪਤਾ ਕੱਲ੍ਹ ਹੋ ਨਾ ਹੋ। ਐਗਜੈਕਟਲੀ ਐਗਜੈਕਟਲੀ, ਇਸੇ ਕਰਕੇ ਜੋ ਆਉਂਦਾ ਹੈ ਨਾ ਜਿਹੜੀ ਓਪਰਚੁਨਿਟੀ ਹੈ, ਨੋ ਡਾਊਟ ਕਿ ਤੁਹਾਡਾ ਟਾਈਮ ਦੇ ਨਾਲ ਇੱਕ ਜਿਹੜਾ ਆ ਸਟੇਟ ਆਫ ਮਾਈਂਡ ਬਣ ਜਾਂਦਾ। ਬਿਲਕੁਲ, ਇੱਕ ਤੁਹਾਡਾ ਕੰਮ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਸਟੇਟਸ ਜਿਹੜਾ ਬਣ ਜਾਂਦਾ, ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਜ਼ਰੂਰੀ ਵੀ ਆ, ਹੈ ਨਾ। ਅਤੇ ਇਸ ਕਰਕੇ ਉਸ ਓਪਰਚੁਨਿਟੀ ਨੂੰ ਉਸ ਕੰਮ ਨੂੰ ਕਰ ਲਓ, ਇਹ ਨਾ ਲੱਗੇ ਕਿ ਉਹ ਹੋ ਵੀ ਅੱਗੇ ਯਵਰਾਜ ਖੜਾ ਹੋਵੇ, ਪਿੱਛੇ ਉਹ ਪਿਛਲਾ ਕੰਮ ਖੜਾ ਹੋਵੇ ਅਤੇ ਉਹ ਕਹੇ ਭਾਈ ਤੈਨੂੰ ਲੈ ਕੇ ਜਾਣਾ, ਉਹ ਕਹੇ ਯਾਰ ਤੂੰ ਨਾ ਕਰਤੀ ਤੂੰ ਜਾ। ਬਿਲਕੁਲ, ਮਤਲਬ ਆਪਕੀ ਲਾਈਫ ਮੇਂ ਕਭੀ ਵੀ ਕੋਈ ਵੀ ਰਿਗਰੈਟਸ ਨਹੀਂ ਰਹਿਣੇ ਚਾਹੀਏ। ਹਾਂ ਐਗਜੈਕਟਲੀ, ਕਿ ਆਪ ਇਹ ਸੋਚੋ ਯਾਰ ਮੈਂ ਇਹ ਕਰ ਸਕਦਾ ਤਾਂ ਮੈਨੇ ਕੀਆ ਨਹੀਂ, ਓਪਰਚੁਨਿਟੀ ਮਿਸ ਕਰ ਦੀ, ਤਾਂ ਟੇਕ ਅ ਚਾਂਸ, ਕਿਆ ਪਤਾ ਕਹਾਂ ਪਹੁੰਚ ਜਾਓ। ਹਾਂ, ਉਹਦੇ ਲਈ ਨਾ ਤੁਹਾਨੂੰ ਪਰਫੈਕਟ ਰਹਿਣਾ ਬਹੁਤ ਜ਼ਰੂਰੀ ਹੈ, ਮੈਂਟਲੀ, ਫਿਜ਼ੀਕਲੀ, ਔਰ ਸਭ ਤੋਂ ਵੱਡੀ ਗੱਲ ਸਾਈਕੋਲੋਜੀ, ਸੋ ਦੈਟ ਕਿ ਤੁਸੀਂ ਜਿਹੜੀ ਓਪਰਚੁਨਿਟੀ ਆ ਰਹੀ ਹੈ ਜਿਹਦੇ ਬਾਰੇ ਸੋਚਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਬਾਇਸਡ ਹੋ ਕੇ ਡਿਸੀਜ਼ਨ ਲੈ ਸਕਦੇ। ਹਮੇਸ਼ਾ ਕੰਮ ਕਰਨ ਲੱਗੇ ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਕਿ ਇਹ ਜਿਹੜਾ ਸਾਨੂੰ ਪ੍ਰੋਜੈਕਟ ਮਿਲਿਆ ਇਹ ਸਾਡਾ ਪਹਿਲਾ, ਅਤੇ ਇਹ ਪ੍ਰੋਜੈਕਟ ਸਾਨੂੰ ਇੱਦਾਂ ਦਾ ਪਹਿਲਾ ਪ੍ਰੋਜੈਕਟ ਹੈ ਕਿ ਅੱਗੇ ਸਾਨੂੰ ਇੰਨੇ ਕੁ ਪ੍ਰੋਜੈਕਟ ਮਿਲਣ ਕਿ ਸਾਡਾ ਕੋਈ ਆਖਰੀ ਪ੍ਰੋਜੈਕਟ ਨਾ ਕਦੀ ਵੀ। ਐਗਜੈਕਟਲੀ ਐਗਜੈਕਟਲੀ, ਮੈਂ ਨਾ ਇਵਨ ਸਟਾਰਟ ਕੀਤਾ ਸੀ ਫਰੈਂਡਸ ਤੋਂ ਹੀ, ਕਵਿਤਾਵਾਂ ਰਿਕਾਰਡ ਕੀਤੀਆਂ ਨੇ, ਔਰ ਮੈਨੂੰ ਉਸ ਤੋਂ ਪਹਿਲਾਂ ਸੱਚੀ ਨਹੀਂ ਪਤਾ ਸੀ ਕਿ ਮੇਰੀ ਆਵਾਜ਼ ਵਾਕਈ ਇੰਨੀ ਸੋਹਣੀ ਹੈ। ਜਦੋਂ ਮੈਂ ਫੇਸਬੁੱਕ 'ਤੇ ਕਰਕੇ ਪਾਉਣੀਆਂ ਸ਼ੁਰੂ ਕੀਤੀਆਂ, ਮੈਨੂੰ ਬਹੁਤ ਅੱਛੇ ਰਿਵਿਊਜ਼ ਆਏ। ਬਰਾੜ ਜੈਸੀ, ਸ਼ੀ ਇਜ਼ ਨਾਓ ਮਾਈ ਵੈਰੀ ਗੁੱਡ ਫਰੈਂਡ, ਉਹਦੀ ਕਵਿਤਾ ਮੈਂ ਪਹਿਲੀ ਵਾਰ ਕੀਤੀ ਸੀ, ਔਰ ਉਸ ਤੋਂ ਬਾਅਦ ਮੈਨੂੰ ਇੰਨੇ ਲੋਕਾਂ ਨੇ ਅਪਰੋਚ ਕੀਤਾ, ਕਈਆਂ ਨੇ ਤਾਂ ਇਹ ਵੀ ਅਪਰੋਚ ਕੀਤਾ ਕਿ ਸਾਡੀਆਂ ਬੁੱਕਸ ਰਿਕਾਰਡ ਕਰ ਦਿਓ, ਬਟ ਉਹਦੇ ਲਈ ਇਹ ਸੀਗਾ ਕਿ ਮੇਰੇ ਕੋਲ ਟਾਈਮ ਇੰਨਾ ਜ਼ਿਆਦਾ ਨਹੀਂ ਸੀਗਾ ਵੀ ਬੁੱਕਸ ਰਿਕਾਰਡ ਕਰਨ ਲਈ ਇੱਕ ਸਰਟਨ ਟਾਈਮ ਤੁਹਾਨੂੰ ਫਿਕਸ ਕਰਨਾ ਪੈਣਾ, ਅਤੇ ਉਹ ਚੀਜ਼ ਬਹੁਤ ਇੰਜੋਏਬਲ ਲੱਗਦੀ ਹੈ ਮੈਨੂੰ। ਜਿੱਦਾਂ ਹੁਣ ਤੁਸੀਂ ਆਪ ਹੀ ਦੱਸਿਆ ਕਵਿਤਾਵਾਂ ਵੀ ਤੁਸੀਂ ਕੀਤੀਆਂ, ਸਾਨੂੰ ਕਵਿਤਾ ਜੇ ਤੁਹਾਨੂੰ ਕੋਈ ਯਾਦ ਹੋਵੇ ਤਾਂ ਦੋ ਲਾਈਨਾਂ ਸੁਣਾ ਸਕਦੇ ਹੋ? ਕਿਸੇ ਦੀ ਕੀ? ਆਪਣੀ ਆਪਣੀ ਸੁਣਾ ਦਿਓ। ਆਪਣੀ ਕਵਿਤਾ ਤਾਂ ਮੈਨੂੰ ਪੂਰੀ ਨਹੀਂ ਯਾਦ ਹੈਗੀ, ਬਟ ਮੈਨੂੰ ਇੱਕ ਸ਼ੇਰ ਆਪਣਾ ਲਿਖਿਆ ਹੋਇਆ ਜ਼ਰੂਰ ਯਾਦ ਆ। ਚਲੋ ਇਹ ਲਿਖਤੇ ਵੀ ਹੈ, ਹੋਰ ਟੈਲੈਂਟ। ਆ ਦੇਖੋ, ਇੱਕ ਕੰਪਲੀਟ ਪਰਸਨੈਲਿਟੀ ਨਾ, ਛੱਟਾ ਪੈਕੇਟ ਬੜਾ ਦਿਮਾਗਾ ਮੇਰੇ ਅਕੋਰਡਿੰਗ। ਜੇ ਆਪਾਂ ਤੁਹਾਡੇ ਨਾਲ ਇੱਕ ਪੂਰਾ ਦਿਨ ਬੈਠੀਏ ਤਾਂ ਤੁਹਾਡੇ ਤਾਂ ਕਿੰਨੇ ਟੈਲੈਂਟ ਬਾਹਰ ਆ ਜਾਂਦੇ ਹੈਗੇ ਆ। ਹਾਂ, ਗੱਲਾਂ ਦੇ ਵਿੱਚ ਹੀ ਨਾ ਵੀ ਪਤਾ ਲੱਗ ਜਾਂਦੇ, ਜਿਵੇਂ ਆਹੀ ਆਵਾਜ਼ ਵਾਲਾ ਵੀ ਮੈਨੂੰ ਨਹੀਂ ਪਤਾ ਸੀਗਾ, ਹੈ ਨਾ। ਅਤੇ ਇਹ ਹੋ ਸਕਦਾ ਨਹੀਂ, ਕਈ ਵਾਰੀ ਸੱਚੀ ਐਵੇਂ ਹੁੰਦਾ ਆ, ਜਾਂ ਜੇ ਮੈਂ ਅੱਜ ਅਵਰਿੰਦਰ ਕੌਰ ਤੁਹਾਡੇ ਸਾਹਮਣੇ ਐਜ ਅ ਪਰਸਨੈਲਿਟੀ ਬੈਠੀ ਆ, ਤਾਂ ਮੈਂ ਆਪਣੇ ਦੋਸਤਾਂ ਕਰਕੇ ਬੈਠੀ ਹਾਂ, ਉਹਨਾਂ ਸਾਰੇ ਹੀ ਲੋਕਾਂ ਕਰਕੇ ਬੈਠੀ ਹਾਂ ਜਿਹੜੇ ਮੈਨੂੰ ਐਪਰੀਸ਼ੀਏਟ ਕਰਦੇ ਨੇ, ਜਿਨ੍ਹਾਂ ਤੋਂ ਮੈਨੂੰ ਪਤਾ ਲੱਗਦਾ ਕਿ ਹਾਂ ਵੀ ਮੇਰੇ 'ਚ ਹੋਰ ਕੀ ਖਾਸ ਹੈਗਾ, ਹੋਰ ਕੀ ਹੈ ਜਿਹਦੇ 'ਤੇ ਮੈਂ ਕੰਮ ਕਰ ਸਕਦੀ ਹਾਂ। ਵੀ ਇੱਕ ਜਰਨੀ ਤੁਹਾਡੀ ਆਪਣੇ ਅੰਦਰ ਜਿਹੜੀ ਚੱਲ ਰਹੀ ਹੁੰਦੀ ਹੈ, ਉਹ ਕਈ ਵਾਰੀ ਜਿਹੜੇ ਤੁਹਾਡੇ ਲੋਕ ਨਾਲ ਰਹਿੰਦੇ ਨੇ ਨਾ, ਉਹਨਾਂ ਤੋਂ ਤੁਹਾਨੂੰ ਪਤਾ ਲੱਗਦਾ। ਬਿਲਕੁਲ, ਇਹ ਵੀ ਇੱਕ ਇੱਦਾਂ ਦੀ ਨਵੀਂ ਜਿਹੀ ਗੱਲ ਸੀਗੀ। ਮੰਜ਼ਿਲ ਹੈ ਦੂਰ ਭਾਵੇਂ ਪਹੁੰਚਣਾ ਜ਼ਰੂਰ, ਹਰਾਸ ਦੀ ਕਿਰਨ ਹਾਲੇ ਬਾਕੀ ਹੈ, ਰਾਹਾਂ ਵਿੱਚ ਕੰਡੇ ਹਜ਼ਾਰ ਸਹੀ ਪਰ ਫੁੱਲਾਂ ਦੀ ਸੇਜ਼ ਅਜੇ ਬਾਕੀ। ਕੀ ਬਾਤ ਹੈ, ਸਫ਼ਰ ਚੱਲਦਾ ਰਹਿਣਾ। ਥੈਂਕ ਯੂ, ਸਫ਼ਰ ਕਾ ਹੀ ਥਾ ਮੈਂ ਸਫ਼ਰ ਕਰਾ। ਬਿਲਕੁਲ ਬਿਲਕੁਲ। ਤੇ ਤੁਹਾਡਾ ਡ੍ਰੀਮ ਪ੍ਰੋਜੈਕਟ ਕਿਹੜਾ ਹੈਗਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੈਂ ਉਹ ਐਕਟਰ ਨਾਲ ਮੂਵੀ ਕਰਨੀ ਹੈ ਜਾਂ ਕੋਈ ਵੀ? ਡ੍ਰੀਮ ਪ੍ਰੋਜੈਕਟ ਇਸ ਤਰ੍ਹਾਂ ਦਾ ਕੁਝ ਫਿਕਸਡ ਨਹੀਂ ਆ, ਬਟ ਹਾਂ ਇਹ ਜ਼ਰੂਰ ਆ ਕਿ ਮੈਂ ਰਣਬੀਰ ਕਪੂਰ ਜਾਂ ਰਣਵੀਰ ਸਿੰਘ ਦੋਨਾਂ 'ਚੋਂ ਇੱਕ ਨਾਲ ਕੰਮ ਕਰਨਾ ਚਾਹੁੰਦੀ, ਬਟ ਜੇ ਇੱਕ ਹੀ ਵਾਰ ਕਰਨ ਦਾ ਮੌਕਾ ਮਿਲਣਾ ਫਿਰ ਡਾਇਰੈਕਟਰ ਇਮਤਿਆਜ਼ ਅਲੀ ਹੋਵੇ। ਓਕੇ, ਵੈਸੇ ਤੁਸੀਂ ਰਣਬੀਰ ਕਪੂਰ ਤੇ ਰਣਵੀਰ ਸਿੰਘ ਕਿਹਾ ਹੈ ਨਾ, ਦੋਨੋਂ ਰਣਬੀਰ ਰਣਵੀਰ ਨਾਮ ਚੂਜ਼ ਕੀਤੇ ਆ, ਕਿਉਂਕਿ ਉਹ ਨਾ ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਬਹੁਤ ਹੈ, ਕਰੈਕਟਰ ਦੀ ਸ਼ੇਡ ਨੂੰ ਸਮਝਣਾ, ਕਰੈਕਟਰ ਨੂੰ ਇੱਕ ਕਮਾਂਡ ਦੇਣੀ ਬਹੁਤ ਅੱਛਾ ਲੱਗਦਾ ਮੈਨੂੰ, ਇਸ ਕਰਕੇ ਰੀਸੈਂਟ ਐਗਜ਼ਾਮਪਲਸ ਹੈ ਹਮਾਰੇ ਪਾਸ ਅਭੀ, ਪਦਮਾਵਤ ਸੇ ਅਲਾਉਦੀਨ ਖਿਲਜੀ ਐਂਡ ਐਗਜ਼ੈਕਟਲੀ ਸੰਜੂ ਸੇ ਸੰਜੂ ਹੀ ਖੁਦ। ਸੋ ਅੱਛਾ, ਅਗਰ ਹਮ ਬਾਤ ਕਰੇ ਆਪਕੇ ਪਲੇਸ ਕੀ, ਤੋ ਆਪਨੇ ਆਪ ਥੀਏਟਰ ਮੇ ਰਹੇ, ਆਪਨੇ ਬਹੁਤ ਸਾਰੇ ਪਲੇਸ ਕੀਏ ਹੈ, ਤੋ ਉਸਮੇ ਏਕ ਪਲੇ ਥਾ ਆਪਕਾ ਤੋਤਾ ਝੂਠ ਨਹੀਂ ਬੋਲਤਾ, ਤੋ ਆਪਨੇ ਖੁਦ ਨੇ ਲਾਈਫ ਮੇ ਕਿਤਨੇ ਝੂਠ ਬੋਲੇ ਹੈ, ਝੂਠ ਬੋਲਦੇ ਵੀ ਹੋ ਕਿ ਨਹੀਂ ਬੋਲਦੇ? ਦੇਖੋ ਮੈਂ ਝੂਠ ਨਹੀਂ ਬੋਲੂੰਗੀ,
सच बोलूंगी जिवें एक ना सुजीत पात्र जी की इंटरव्यू से किसी ने उन्होंने पूछा सीगा कि तुसीं सच बोल सकते हो या तुसीं किन्ना सच बोल सकते हो तो उन्होंने जवाब दिता से देखो सच तो उही बोल सकता जिदा ना कोई अगे तो ना पिछे सो यही चीज़ मैं कह दिनी हाँ कि इदा नहीं है कि थोड़ी जिंदगी जी सिर्फ सच से ही चल रही थोनू बोलना ही पैदा है पार्ट ऑफ लाइफ आ बेसिक नीड आ कह सकते हैं पर हाँ इतना तू भी बोल गया ना सुबह ऑफिस में झूठ मैं कहना बोले हम भी बोलते रहते हैं थोड़ा बहुत तो चलता ही है सारे बोलते हैं सारे पर इन्ना जरूर होंदा है कि आपां ये सोच लेने कि अगले बंदे दा नुकसान ना हो स्पेशली प्रोफेशनली जे मैं गल करा जिवें हुण शूट दी डेट दित्ती हुई आ ते जे मैं एक घंटा पहला कह दां या जे रात नूं भी फोन कर दां कि देखो मैं कल शूट ते नहीं आ सकदा क्यों नहीं आ सकती आई हैव नो रीजन पर क्यों क्योंकि मेरा मन नहीं है क्यों मेरा मन नहीं है वो मेरा अपना रीजन है बट अगले दी प्रोडक्शन है राइट उहदा सारा खर्चा ए वो किन्नियां सारियां चीज़ां ने किन्ना इक्विपमेंट्स आउंदे ने कैमरा सब कुछ जे वो नुकसान हो रहा फिर तुसीं बीमार भी हो ना तुहानूं तां वी जाना पैणा बिल्कुल सो तुसीं प्लेस इन्ने कीते होए आ तुहाडा बेस्ट प्ले किहड़ा सीगा उहदे विचों जिस लाहौर नहीं वेख्या उह जम्मे वन ऑफ माई बेस्ट प्ले अज वी मैनूं उह प्ले मतलब ਉੱਦਾਂ ਹੀ ਯਾਦ ਆ ਉਹ ਕਰੈਕਟਰ ਉੱਦਾਂ ਹੀ ਯਾਦ ਆ ਉਹ ਜਿਵੇਂ ਸਟੇਜ 'ਤੇ ਚੱਲਿਆ ਜਿਵੇਂ ਰਿਹਰਸਲਸ ਹੋਈਆਂ ਉਸ ਤੋਂ ਬਾਅਦ ਆਡੀਅੰਸ ਦਾ ਰਿਸਪੋਂਸ ਮਤਲਬ ਉਹ ਨਾ ਛੱਪ ਚੁੱਕਾ ਹੈ ਅਤੇ ਉਹਦੇ ਵਿੱਚ ਮੇਰਾ ਕਰੈਕਟਰ ਸੀ ਦਾਦੀ ਮਾਂ ਦਾ ਜਿਹੜਾ ਮੇਨ ਕਿਰਦਾਰ ਸੀਗਾ ਅਤੇ ਆਈ ਥਿੰਕ ਉਹ ਬਹੁਤ ਯੰਗ ਏਜ ਦੇ ਵਿੱਚ ਹੀ ਮੈਂ ਕਰ ਲਿਆ ਸੀ ਮੈਨੂੰ ਵੀ ਨਹੀਂ ਲੱਗਿਆ ਸੀਗਾ ਕਿ ਉਹ ਮੈਂ ਲਾਈਕ ਇੰਨੀ ਅੱਛੇ ਤਰੀਕੇ ਨਾਲ ਕਰ ਸਕਦੀ ਹਾਂ ਉਹ ਫਿਲਮ ਉਸ ਤੋਂ ਪਹਿਲਾਂ ਅਨੀਤਾ ਲਰਛੇ ਇੱਕ ਸਿੰਗਰ ਨੇ ਅਬਰੋਡ ਦੇ ਰਾਈਟ ਪੰਜਾਬੀ ਦੇ ਵਿੱਚ ਉਹਨਾਂ ਦੀ ਸ਼ਾਇਦ PhD ਚੱਲ ਰਹੀ ਸੀਗੀ ਉਹਨਾਂ ਦਾ ਗਾਣਾ ਸ਼ੂਟ ਹੋਇਆ ਸੀਗਾ ਇੱਥੇ ਅਤੇ ਉਹਦੇ ਡਾਇਰੈਕਟਰ ਸੀ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਜਨਮ ਤੁਹਾਰੇ ਲੇਖੇ ਕੀਤੀ ਹੈ ਅਤੇ ਉਹਨਾਂ ਦੇ ਰੈਫਰੈਂਸ ਨਾਲ ਮੈਨੂੰ ਹੀਰ ਰਾਂਝਾ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਔਰ ਹਰਭਜਨ ਮਾਨ ਜੀ ਨੂੰ ਉਦੋਂ ਮੈਂ ਪਹਿਲੀ ਵਾਰ ਮਿਲੀ ਸੀ ਲੱਗਦਾ ਹੁੰਦਾ ਕਿ ਸਟਾਰ ਹੈ ਨਾ ਵੀ ਮਾਇੰਡ ਦੇ ਵਿੱਚ ਭਾਵੇਂ ਤੁਹਾਡੇ ਇੱਕ ਉਹ ਹੁੰਦਾ ਹੀ ਹੈ ਬਣਿਆ ਹੁੰਦਾ ਕਿ ਹਰਭਜਨ ਮਾਨ ਇੱਕ ਬਹੁਤ ਵੱਡਾ ਸਿੰਗਰ ਆ ਉਹ ਤੋਂ ਪਹਿਲਾਂ ਵੀ ਕਿੰਨੀਆਂ ਫਿਲਮਾਂ ਆ ਚੁੱਕੀਆਂ ਨੇ ਦੈਨ ਪਰ ਉਹਨਾਂ ਨਾਲ ਕੰਮ ਕਰਕੇ ਨਾ ਇਹ ਲੱਗਿਆ ਨਹੀਂ ਕਿ ਉਹ ਸਟਾਰ ਨੇ ਹੀ ਇਜ਼ ਜਸਟ ਅ ਵੈਰੀ ਕੋਮਨ ਪਰਸਨ ਯੂ ਨੋ ਅਮੰਗ ਦ ਪੀਪਲ ਦੋਜ਼ ਹੂ ਆਰ ਯੂ ਨੋ ਜੂਨੀਅਰ ਆਰਟਿਸਟ ਜੇ ਮੈਂ ਕਹਾਂ ਉਸ ਟਾਈਮ ਆਈ ਵਾਜ਼ ਅ ਜੂਨੀਅਰ ਆਰਟਿਸਟ ਉਹਦੇ ਵਿੱਚ ਮੇਰਾ ਸਪੋਰਟਿੰਗ ਕਰੈਕਟਰ ਸੀਗਾ ਹੀਰ ਦੀਆਂ ਫਰੈਂਡਸ ਦੇ ਵਿੱਚ ਸੀ ਅਤੇ ਬਹੁਤ ਅੱਛਾ ਰਿਹਾ ਔਰ ਵੈਸੇ ਮੈਨੂੰ ਪਤਾ ਨਹੀਂ ਕਿਉਂ ਕਦੇ ਵੀ ਮੈਨੂੰ ਫੀਲ ਹੀ ਨਹੀਂ ਹੋਇਆ ਕਿ ਯਾਰ ਮੈਂ ਕਿਸੇ ਸਟਾਰ ਨਾਲ ਕੰਮ ਕਰਨਾ ਭਾਵੇਂ ਇੱਕ ਬੈਕਗਰਾਊਂਡ 'ਚ ਹੋਵੇ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਥੋੜ੍ਹਾ ਜਿਹਾ ਇੱਕ ਥੋਟ ਹੋਵੇ ਕਿ ਜ਼ਰੂਰ ਯਾਰ ਇਹ ਬੰਦਾ ਬਹੁਤ ਵੱਡਾ ਐਕਟਰ ਆ ਜਾਂ ਨਾ ਡਾਇਰੈਕਟਰ ਆ ਬਟ ਸੈੱਟ 'ਤੇ ਜਾ ਕੇ ਇੱਕ ਕੰਫਰਟ ਜ਼ੋਨ ਬਣ ਜਾਂਦਾ ਉਹ ਅਗਲੇ ਐਕਟਰ 'ਤੇ ਕੋ ਐਕਟਰ 'ਤੇ ਬਹੁਤ ਡਿਪੈਂਡ ਕਰਦਾ ਤਾਂ ਮੈਂ ਇਹ ਚੀਜ਼ ਕੈਰੀ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਆਪ ਵੀ ਕਿ ਜਦੋਂ ਤੁਹਾਡੇ ਨਾਲ ਕੋਈ ਵੀ ਈਵਨ ਹਾਲਾਂਕਿ ਮੈਂ ਆ ਪਹਿਲੇ ਇੰਨੀਆਂ ਫਿਲਮਾਂ ਨਹੀਂ ਕੀਤੀਆਂ ਪਰ ਫਿਰ ਵੀ ਕੋਈ ਵੀ ਬੰਦਾ ਹੈਗਾ ਜਿਹੜਾ ਨਵਾਂ ਕਰ ਰਿਹਾ ਪਹਿਲੀ ਵਾਰ ਅਤੇ ਉਹ ਐਟ ਈਜ਼ ਹੋਵੇ ਕੰਫਰਟੇਬਲ ਹੋਵੇ ਕਿਉਂਕਿ ਤੁਸੀਂ ਵੀ ਆਪਣਾ 100% ਜਾਂ ਇੱਕ ਸੀਨੀਅਰ ਆਰਟਿਸਟ ਵੀ ਆਪਣਾ ਅੱਛਾ ਉਦੋਂ ਹੀ ਦੇ ਸਕਦਾ ਆਪਣਾ ਗੁੱਡ ਕਰੈਕਟਰ ਤਾਂ ਹੀ ਪਰਫੋਰਮ ਕਰ ਸਕਦਾ ਜੇ ਅਗਲਾ ਐਕਟਰ ਤੁਹਾਨੂੰ ਉਵੇਂ ਦਾ ਰਿਸਪੋਂਸ ਦੇ ਰਿਹਾ ਬਿਲਕੁਲ ਤਾਂ ਉਹ ਇੱਕ ਕੈਮਿਸਟਰੀ ਹੁੰਦੀ ਹੈ ਅਤੇ ਹੁਣ ਤੁਸੀਂ ਤੁਹਾਡੀ ਜਿਹੜੀ ਜਰਨੀ ਰਹੀ ਹੈ ਪੂਰੀ ਹੈ ਨਾ ਉਹਦੇ ਵਿੱਚ ਕੋਈ ਇੱਕ ਗੱਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਸਰ ਜਰਨੀ 'ਚੋਂ ਪਰ ਇਸ ਟਾਈਮ ਮੈਨੂੰ ਆਪਣੀ ਜਰਨੀ ਨਾਲ ਬਹੁਤ ਪਿਆਰ ਔਰ ਉਹ ਇਸ ਕਰਕੇ ਹੈ ਕਿ ਇਸ ਜਰਨੀ ਨੇ ਮੈਨੂੰ ਆਪਣੇ ਆਪ ਤੱਕ ਪਹੁੰਚਣ ਦਾ ਮੌਕਾ ਦਿੱਤਾ ਇਹ ਮੈਨੂੰ ਸਮਝ ਆਇਆ ਕਿ ਐਕਚੁਲੀ ਕਿ ਜ਼ਰੂਰੀ ਨਹੀਂ ਆ ਕਿ ਜੋ ਤੁਸੀਂ ਸੋਚੋ ਹਮੇਸ਼ਾ ਉਹੀ ਹੋਵੇ ਬਿਲਕੁਲ ਹੋ ਸਕਦਾ ਕਿ ਜੋ ਉਹਨੇ ਤੁਹਾਡੇ ਲਈ ਸੋਚਿਆ ਹੋਇਆ ਜੋ ਉਹਦੇ ਪਲਾਨਸ ਨੇ ਉਹ ਜ਼ਿਆਦਾ ਸਕਸੈਸਫੁਲ ਹੋਣ ਉਹ ਤੁਹਾਡੇ ਲਈ ਜ਼ਿਆਦਾ ਅੱਛੇ ਹੋਣ ਇਸ ਇੰਡਸਟਰੀ ਨੇ ਇਸ ਲਾਈਨ ਨੇ ਇਸ ਜਰਨੀ ਨੇ ਮੈਨੂੰ ਬਹੁਤ ਅੱਛੇ ਲੋਕ ਦਿੱਤੇ ਨੇ ਇੱਕ ਕਹਿ ਦਿੰਦੇ ਨੇ ਮਾੜਾ ਮੁੜਾ ਕੁਛ ਨਹੀਂ ਹੁੰਦਾ ਚੰਗਾ ਹੀ ਹੁੰਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਦੇਖੋ ਜੇ ਕੁਛ ਨੈਗੇਟਿਵ ਵੀ ਹੋ ਰਿਹਾ ਨਾ ਉਹਦਾ ਅਸਰ ਤੁਹਾਡੇ 'ਤੇ ਪੋਜ਼ੀਟਿਵ ਹੋਣਾ ਬਟ ਇਹ ਹੈ ਕਿ ਤੁਹਾਡਾ ਨਜ਼ਰੀਆ ਪੋਜ਼ੀਟਿਵ ਹੋਣਾ ਚਾਹੀਦਾ ਸੋ ਮੇਰਾ ਨਜ਼ਰੀਆ ਪੋਜ਼ੀਟਿਵ ਆ ਮੈਨੂੰ ਅੱਛੇ ਲੋਕਾਂ ਦੀ ਸੰਗਤ ਮਿਲੀ ਸਭ ਤੋਂ ਵੱਡੀ ਗੱਲ ਵੀ ਜਦੋਂ ਹੁਣ ਮੈਨੂੰ ਮੈਂ ਕਿਸੇ ਦੇ ਨਾਲ ਮਿਲਦੀ ਹਾਂ ਜਾਂ ਕਦੇ ਕੋਈ ਡਿਸਕਸ਼ਨ ਹੁੰਦੀ ਸਾਡੀ ਜ਼ਿਆਦਾਤਰ ਗੱਲ ਜਿਹੜੀ ਉਹ ਕਿਤਾਬਾਂ 'ਤੇ ਹੁੰਦੀ ਹੈ ਹੈ ਨਾ ਅਤੇ ਮੇਰੇ ਖਿਆਲ ਇਹ ਬਹੁਤ ਵੱਡੀ ਉਪਲਬਧੀ ਆ ਮੇਰੇ ਲਈ
वैसे भी कहते हैं ना कि अगर कोई चीज आपके हिसाब से हो रही हो तो अच्छा, हाँ. अगर आपके हिसाब से नहीं हो रही हो तो बहुत अच्छा. हाँ, exactly. क्योंकि अगर आपके हिसाब से नहीं हो रही तो मतलब वो उसके हिसाब से हो रही है, और अगर उसके हिसाब से हो रही है तो उससे बेटर दुनिया में आपकी चीज होनी चाहिए. आपने जो टेलीफिल्म की है उसमें से एक का नाम था लालच, तो अवरिंदर कौर को किस चीज का लालच है अपनी लाइफ में? विदाउट एनी सेकंड थॉट किताबा. किताबा ना मैनू बहुत लालच है. मैनू तुसीं कदे कुछ गिफ्ट करना होवे ना तुसीं मैनू कदे कुछ गिफ्ट करना होवे किताबा ले आयो. आज मेरी आज भी हम लेके आए किताब. आज गिफ्ट है पर वो कुछ और है. ओए चलो फिर नेक्स्ट टाइम के लिए हम ध्यान रखेंगे. ठीक है. अच्छा, और दूसरा जो आपका टेलीफिल्म का सीरीज था उसका नाम था द वीकेंड, तो आपके लिए द परफेक्ट मैं कह सकती हूँ वीकेंड वाइब कौन सा हो सकता है? हैशटैग वीकेंड वाइब फॉर अवरिंदर कौर क्या हो सकता है? द परफेक्ट वीकेंड कोई भी ना हो, मैं कल्ली होवां. मतलब मैनू रश नहीं चंगा लगता. जो मेरे को मेरा अपना टाइम है ना, वो बस फिर वो मेरा ही होवे. मैं फिर वो यूट्यूब पर फिल्मा देखा, चाहे बुक्स पढ़ा, चाहे मैं घूमन चले जाँ. स्पेशली वैसे जो मैं चंडीगढ़ होवा तो मेरे को सवेर के 2 to 3 hours मेरे अपने होंगे. वो टाइम मैं चाहनी हूँ कि जिंदगी हमेशा ही रहे. बिकॉज वैन आई गो फॉर द वॉक इन मॉर्निंग, एक साढ़े ना साढ़े सैक्टर के एक अंकल ने, उन्होंने को 2 झोले होंगे ने, और उन्होंने झोलियां के पानी होंगे, बोतल भरिया होंगे ने व्डिया व्डिया, और है बजुर्ग ने, वो सैर कर नहीं आते. वो पार्क के सिर्फ पंछियों लिए या जो स्ट्रे डॉग्स होंगे ने उन्होंने पॉट्स रखे हुए ने, उस पानी पा के जाते हैं, गलहरिया लिए चिड़िया लिए दाने पा के जाते हैं. कई बार मेरा वॉक तो जाने का नहीं भी ना मूड, मैं सिर्फ वो देखने जरूर जाती हूँ. क्योंकि उस तो बाद जो दाना पा के जाते हैं ना चिड़िया के नाल, गलहरिया खाना जो अपना खादियां ने सवेर की पहली ग्राही वो लेंदियां ने, मतलब कंप्लीट सुकून आ उहदे विच. इह मेरे लिए वीकेंड तो नहीं, मतलब Every morning, this is what I would really like to or love to see. नहीं, बाकी ये चीज देखने में बहुत ही ज़्यादा एक मज़ा भी आता है, और मैं कहूँगी कि उन अंकल ने भी बहुत एक अच्छी एक noble deed अपनी तरफ से पकड़ी है. Because आजकल के time में हर कोई सिर्फ अपने लिए जी रहा है. बट अगर आप सोसाइटी के लिए, स्पेशली अगर आप एनिमल्स के लिए कुछ करो, तो वो मैं कहूंगी वाकई बहुत ही ज्यादा एक ब्रिलियंट बात है. बिकॉज़ वो बेजुबान है. Exactly. वो हमारे साथ कम्युनिकेट नहीं कर सकते, लेकिन इसका मतलब ये नहीं है कि उन्हें कोई चीज नहीं चाहिए. एग्जैक्टली. जिवें मैं गल कीती ना कि जिहड़ी चिड़िया की महफिल और गलहरिया की इकट्ठी लगती है, उस टाइम वो खाते हुए पीते हुए जिहड़ी उन्हां दी आपसी गलबात हुंदी है ना, या उन्हां दी इंट्रैक्शन हुंदी है, उन्हां दी जिहड़ी भी अपनी भाषा है, देख के मज़ा बड़ा आता. और ऐ लगता कि अंकल नूं किन्नियां दुआवां मिलदियां ने सवेरे सवेरे, जिंदगी च कुछ भी चंगा ना करन, ये सब तो वड्डा वड्डा एक एफर्ट है, पुन्न है, बहुत वड्डी चीज़ है जिहड़ी ओह कर रहे ने. इस तो उपर आई थिंक कुछ भी नहीं. बिल्कुल, ये तो है. और इट टेक्स नथिंग, सिर्फ घर से पानी भर के लेके आना है आपको, बट एटलीस्ट एक दिमाग में आपके थॉट है कि मुझे किसी के लिए कुछ करना है. ब्रिलियंट. मैं खुद कहूंगी कि हमारी तरफ से उन अंकल को रिस्पेक्ट है. थैंक यू. सीरियसली. एंड अच्छा, एक्टिंग तो है ही है आपका एक शौक, प्रोफेशन, करियर, लेकिन एक्टिंग के अलावा कोई ऐसी चीजें और मैं कह सकती हूँ आपकी हॉबीज जिनको आप टाइम डिवोट करना बहुत पसंद करते हो? हाँ, एक तो कुकिंग, बुक्स रीड करनी है. तो उहदे विच पहला मैं ना पोइट्री पढ़ती सी, अजकल स्टोरीज एंड नॉवल्स. सो बी स्पेसिफिक जो तुसी बुक्स लेके आओ. स्टोरीज एंड नॉवल्स. हाँ, ठीक है. एंड इस तो अलावा म्यूजिक सुनना, अच्छा म्यूजिक. सब तो बेस्ट नॉवल तुहानूं लगी किहदी? स्टोरी तुहानूं सब तो ज्यादा पसंद आई? रीसेंटली मैं एक बुक पढ़ी आ, खड्डी, जसवंत दीप जी दी लिखी हुई, वार्तक सीगी एक्चुअली. ओह मैनूं बहुत अच्छी लगी. मैं कदे भी वार्तक नहीं पढ़ी सी, पहली किताब पढ़ी है, तो आई थिंक एक महीना पहला ही पढ़ी है शायद. पर मैनू ओदी ओदा एक एक आर्टिकल, एक एक चैप्टर मैनू हले भी याद आ. तो ओदे विच फेवरेट मेरा है अमृता प्रीतम जी दे, जिहड़ी उन्होंने स्टोरी लिखी है. बिकॉज आई एम वेरी 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 इंस्पायर्ड उन्होंने लाइफ तो, और इस करके ओ मेरी फेवरेट अजकल वो चल रही है फेवरेट दे विच. ठीक है. तो आपका एक शो भी रहा है सैर पंजाबी, जिसमें आपने पूरा पंजाब घूम लिया है. Exactly. तो एक पर्सनल फेवरेट जगह कौन सी है आपकी, और जिसके साथ आपकी शूटिंग के टाइम पे काफी ज्यादा मेमोरीज भी अटैच हो? सैर पंजाब दी शो अमृतसर दे विच असी कीता सीगा. जदों आपां पाकिस्तान तो इंडिया आउने आ, उधर पहला रेस्टोरेंट आंदा है सरहद, वो मेरा फेवरेट है. और वो इन्ना सोहना बनिया होया, मतलब भी
ਚਹਿਲ ਪਹਿਲ ਬਹੁਤ ਘੱਟ ਹੈ ਉੱਥੇ ਜਿਹੜੇ ਲੋਕ ਉਧਰੋਂ ਆਉਂਦੇ ਨੇ ਉਹਨਾਂ ਲਈ ਪਹਿਲਾਂ ਜਿਹੜੇ ਇਧਰੋਂ ਇੰਡੀਆ 'ਚੋਂ ਪਾਕਿਸਤਾਨ ਜਾ ਰਹੇ ਨੇ ਉਹਨਾਂ ਲਈ ਲਾਸਟ ਹੈ ਸੋ ਇਸ ਕਰਕੇ ਉਹ ਮੇਰਾ ਫੇਵਰੇਟ ਹੈ ਇੱਕ ਸੰਗਰੂਰ ਦੇ ਵਿੱਚ ਜਿੱਥੇ ਆਈਸਕ੍ਰੀਮ ਦੇ ਪਕੌੜੇ ਮਿਲਦੇ ਆ ਉਹ ਮੇਰਾ ਫੇਵਰੇਟ ਹੈ ਸੋ ਹੁਣ ਵਾਰੀ ਆਉਂਦੀ ਹੈ ਸਾਡੇ ਮੇਨ ਚੀਜ਼ ਦੀ ਯਾਨੀ ਕਿ ਇੱਕ ਟ੍ਰਿਕੀ ਕੁਐਸਚਨ ਤੇ ਇੱਕ ਟੰਗ ਟਵਿਸਟਰ ਹੁਣ ਅਸੀਂ ਵੀ ਕੇਬੀਸੀ ਵਾਂਗ ਤੁਹਾਨੂੰ ਇੱਕ ਆਪਸ਼ਨ ਦਿੰਨੇ ਆ ਆਪਸ਼ਨ ਨੰਬਰ A ਕੀ ਆਪ ਟੰਗ ਟਵਿਸਟਰ ਚੂਜ਼ ਕਰਨਾ ਚਾਹੋਗੇ ਪਹਿਲੇ ਆਨੇ ਤਾਂ ਆਪਕੇ ਪਾਸ ਦੋਨੋਂ ਹੈ ਓਕੇ ਪਰ ਆਪਕੋ ਸਿਰਫ ਚੁਆਇਸ ਇਹ ਕਰਨੀ ਹੈ ਕਿ ਪਹਿਲੇ ਆਪਕੇ ਪਾਸ ਕੌਨ ਸਾ ਹੈ ਆਪਸ਼ਨ ਨੰਬਰ B ਕੀ ਮੇਰੇ ਪਾਸ ਟ੍ਰਿਕੀ ਕੁਐਸਚਨ ਆਏ ਪਹਿਲੇ ਪਹਿਲਾਂ ਟੰਗ ਟਵਿਸਟਰ ਆਉਣ ਦਿਓ ਖਤਰਾ ਮੋਹ ਲੈਂਦੇ ਹੈ ਕੀ ਬਾਤ ਹੈ ਖਤਰੋਂ ਕੇ ਖਿਲਾੜੀ ਐਗਜ਼ੈਕਟਲੀ ਠੀਕ ਹੈ ਸੋ ਟੰਗ ਟਵਿਸਟਰ ਮੇਰਾ ਹੈਗਾ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਓਕੇ ਬਟ ਇੱਕ ਮਿੰਟ ਇਹਨੂੰ ਤੁਸੀਂ 5 ਵਾਰੀ ਬੋਲਣਾ ਲਗਾਤਾਰ 5 ਵਾਰੀ ਗਿਫਟ ਮਿਲੂਗਾ ਮੈਂ ਕਿਹਾ ਪੱਕਾ ਓ ਫਿਰ ਠੀਕ ਹੈ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ ਵਾਹ ਬੜੀ ਵਧੀਆ ਤਰ੍ਹਾਂ ਬੋਲਤਾ ਯਾਰ ਇਹਨੇ ਕੀ ਬਾਤ ਹੈ ਸੋ ਹੁਣ ਵਾਰੀ ਆਂਦੀ ਹੈ ਸਾਡੇ ਟ੍ਰਿਕੀ ਕੁਐਸਚਨ ਕੀ ਓ ਤੋ ਮੇਰਾ ਟ੍ਰਿਕੀ ਕੁਐਸਚਨ ਹੈ ਵਾਟ ਇਜ਼ ਦ ਬਿਗੇਸਟ ਐਂਟ ਇਨ ਦ ਵਰਲਡ ਇਸ ਦੁਨੀਆ ਮੇ ਸਬਸੇ ਬੜੀ ਐਂਟ ਕੌਨ ਸੀ ਹੈ ਕਿਤਨੀ ਸਾਰੀ ਐਂਟਸ ਹਮ ਲੋਗ ਰੋਜ਼ ਦੇਖਤੇ ਹੈ ਬੜੀ ਵਾਲੀ ਕੀੜੀ ਹਾਂ ਮੈਂ ਗੱਲ ਕਰਾਂ ਕੀੜੀ ਛੋਟੀ ਵਾਲੀ ਕੀੜੀ ਮੈਂ ਜਦੋਂ ਜ਼ਮੀਨ ਤੇ ਚੱਲਦੀ ਹਾਂ ਨਾ ਪਹਿਲਾਂ ਨਹੀਂ ਸੀਗਾ ਪਰ ਹੁਣ 4-5 ਸਾਲ ਤੋਂ ਮੈਂ ਜਦੋਂ ਵੀ ਜ਼ਮੀਨ ਤੇ ਚੱਲਦੀ ਮੈਂ ਥੱਲੇ ਦੇਖਦੀ ਇਵਨ ਵਾਕ ਕਰ ਰਹੀ ਹਾਂ ਜਾਂ ਮੈਂ ਜੇ ਕੋਈ ਕੰਮ ਕਰ ਰਹੀ ਹਾਂ ਮੇਰਾ ਧਿਆਨ ਪੂਰਾ ਜ਼ਮੀਨ ਤੇ ਹੁੰਦਾ ਵੀ ਹਾਏ ਰੱਬਾ ਕੋਈ ਕੀੜੀ ਨਾ ਪੈਰ ਥੱਲੇ ਆਵੇ ਪਤਾ ਨਹੀਂ ਮੈਂ ਕਦੋਂ ਕੀੜੀ ਬਣ ਕੇ ਆ ਜਾਣਾ ਕਿਸੇ ਦੇ ਪੈਰ ਥੱਲੇ ਆਉਣ ਨਾਲ ਔ ਕੇ ਮਰਨ ਨਾਲੋਂ ਚੰਗਾ ਵੀ ਉਮਰ ਭੋਗ ਕੇ ਮਰੋ ਬਿਲਕੁਲ ਆਪਕੇ ਪਾਸ ਸਮਾਂ ਹੈ ਸਿਰਫ 30 ਸੈਕਿੰਡ ਦਾ 30 ਸੈਕਿੰਡ ਟੈਨ ਦਾ ਟੈਨ ਦਾ ਟੈਨ ਯਾਰ ਐਲੀਫੈਂਟ ਕੀ ਬਾਤ ਹੈ ਕੀ ਹੀ ਬਾਤ ਹੈ ਇਹਨਾਂ ਨੇ ਪ੍ਰੂਫ ਕਰ ਦਿੱਤਾ ਯਾਰ ਕਿ ਮੈਂ ਹੂੰ ਮਲਟੀ ਟੈਲੈਂਟਡ ਮੈਂ ਹੂੰ ਆਲਰਾਊਂਡਰ ਮੈਂ ਆਰਜੇ ਵੀ ਹੂੰ ਮੈਂ ਲਾਇਰ ਵੀ ਹੂੰ ਮੈਂ ਐਕਟਰ ਵੀ ਹੂੰ ਮੈਂ ਥੀਏਟਰ ਆਰਟਿਸਟ ਵੀ ਹੂੰ ਔਰ ਮੇਰੇ ਪਾਸ ਕਾਮਨ ਸੈਂਸ ਵੀ ਹੈ ਮੈਂ ਟੰਗ ਟਵਿਸਟਰ ਵੀ ਬੋਲ ਸਕਦੀ ਮਤਲਬ ਕੁਛ ਨਹੀਂ ਛੋੜਿਆ ਇਹਨਾਂ ਨੇ ਬਿਲਕੁਲ ਪੂਰੀ ਤਰ੍ਹਾਂ ਸੇ ਪ੍ਰੂਫ ਕਰ ਦਿੱਤਾ ਕਿ ਆਪ ਮੁਝੇ ਕੋਈ ਸਾ ਵੀ ਚੈਲੰਜ ਦੇ ਦਿਓ ਮੈਂ ਉਸ ਤੇ ਖਰੇ ਉਤਰ ਸਕਦੀ ਹੂੰ ਤੋ ਹਮਾਰੀ ਤਰਫ ਸੇ ਬੰਦੀ ਆਪਕੇ ਲਈ ਤਾਲੀਆਂ ਥੈਂਕ ਯੂ ਗਿਫਟ ਵੀ ਹੈ ਪਰ ਕਿਤਾਬ ਨਹੀਂ ਹੈ ਸੌਰੀ ਉਹ ਹਮ ਨੈਕਸਟ ਟਾਈਮ ਕੇ ਲਈ ਧਿਆਨ ਰੱਖੀਏ ਕਿ ਬੁੱਕ ਲੈ ਕੇ ਆਣੀ ਬਿਲਕੁਲ ਹੁਣ ਬੰਦਾ ਤੁਹਾਡੇ ਲਈ ਗਿਫਟ ਹੈ ਨਾ ਸੋ ਇਹਨਾਂ ਨੇ ਟੰਗ ਟਵਿਸਟਰ ਵੀ ਬੜਾ ਵਧੀਆ ਤਰ੍ਹਾਂ ਬੋਲਤਾ ਹੈ ਨਾ ਤੇ ਟ੍ਰਿਕੀ ਕੁਐਸਚਨ ਵੀ ਬੜੀ ਵਧੀਆ ਤਰ੍ਹਾਂ ਜਵਾਬ ਦੇ ਦਿੱਤਾ ਐਸੇ ਹੀ ਤੇ ਨਿਊਜ਼ ਨੰਬਰ ਵੱਲੋਂ ਬੰਦਾ ਤੁਹਾਨੂੰ ਇੱਕ ਛੋਟਾ ਜਿਹਾ ਗਿਫਟ ਰਹਿਣ ਦਿੰਦੇ ਇਹਦੀ ਕੀ ਲੋੜ ਸੀ ਚਲੋ ਠੀਕ ਹੈ ਫਿਰ ਨਹੀਂ ਐਸਾ ਨਹੀਂ ਚੀਟਿੰਗ ਨਹੀਂ ਹੈ ਵੈਲ ਥੈਂਕ ਯੂ ਨਿਊਜ਼ ਨੰਬਰ ਹਮ ਸਭੀ ਨੇ ਆਈ ਮੀਨ ਹਮ ਦੋਨੋਂ ਨੇ ਐਂਡ ਆਈ ਐਮ ਸ਼ੋਰ ਕਿ ਵਿਊਅਰਸ ਨੇ ਵੀ ਇਸ ਕਨਵਰਸੇਸ਼ਨ ਕੋ ਡੈਫੀਨਿਟਲੀ ਇੰਜੋਏ ਕੀਆ ਹੋਗਾ ਹਮ ਲੋਗੋ ਖੁਦ ਕੋ ਬਹੁਤ ਮਜ਼ਾ ਆਇਆ ਬਿਕਾਜ਼ ਕਿਆ ਹੋਤਾ ਹੈ ਕਿ ਜੈਨੂਇਨਲੀ ਇਹ ਚੀਜ਼ ਹੋਤੀ ਹੈ ਕਿ ਅਗਰ ਕਿਸੀ ਇਨਸਾਨ ਕੀ ਲਾਈਫ ਮੇਂ ਨਾ ਉਸਕੇ ਹਿਸਾਬ ਸੇ ਚੀਜ਼ੇ ਨਾ ਹੋ ਰਹੀ ਹੋਂ ਤੋ ਵੋ ਬੰਦਾ ਵੈਸੇ ਹੀ ਬਹੁਤ ਜ਼ਿਆਦਾ ਪਜ਼ਲ ਹੋ ਕੇ ਬਹੁਤ ਜ਼ਿਆਦਾ ਨੈਗੇਟਿਵ ਥਾਟਸ ਮੇਂ ਚਲਾ ਜਾਤਾ ਹੈ ਐਗਜ਼ੈਕਟਲੀ ਆਪ ਆਪਟਿਮਿਸਟਿਕ ਨਹੀਂ ਰਹਤੇ ਹੋ ਬਹੁਤ ਪੈਸਿਮਿਸਟ ਬਨ ਜਾਤੇ ਹੋ ਕਿ ਯਾਰ ਪਤਾ ਨਹੀਂ ਕਿਆ ਹੋ ਰਿਹਾ ਮੇਰੇ ਸਾਥ ਮੇਰੇ ਹਿਸਾਬ ਸੇ ਤੋ ਕੋਈ ਚੀਜ਼ ਚੱਲ ਨਹੀਂ ਰਹੀ ਬਟ ਆਪਕੀ ਸਟੋਰੀ ਸੁਣਨੇ ਕੇ ਬਾਅਦ ਇਹ ਚੀਜ਼ ਡੈਫੀਨੇਟਲੀ ਮਤਲਬ ਸੁਣਨੇ ਵਾਲੋ ਕੋ ਵੀ ਇਹ ਰਿਅਲਾਈਜ਼ ਹੋਗੀ ਕਿ ਯਾਰ ਜ਼ਰੂਰੀ ਨਹੀਂ ਹੈ ਕਿ ਹਮਾਰੇ ਹਿਸਾਬ ਸੇ ਚੀਜ਼ੇ ਹੋ ਯੇ ਨਹੀਂ ਹੋਤਾ ਹੈ ਕਿ ਉਸਕਾ ਜੋ ਹੈ ਰਿਜ਼ਲਟ ਖਰਾਬ ਹੀ ਨਿਕਲੇਗਾ ਤੁਮੇ ਨਹੀਂ ਪਤਾ ਯੂ ਨੈਵਰ ਨੋ ਕਿ ਉਸਕਾ ਰਿਜ਼ਲਟ ਤੁਹਾਰੀ ਸੋਚੀ ਹੋਈ ਚੀਜ਼ ਸੇ ਵੀ ਕਈ ਗੁਣਾ ਅੱਛਾ ਨਹੀਂ ਐਗਜ਼ੈਕਟਲੀ ਤੋ ਇਹ ਚੀਜ਼ ਹੈ ਐਂਡ ਆਈ ਐਮ ਸ਼ੋਰ ਕਿ ਸਭੀ ਲੋਕ ਇਸਕੋ ਇਸ ਪੂਰੀ ਕਨਵਰਸੇਸ਼ਨ ਕੋ ਸੁਣ ਕੇ ਜ਼ਰੂਰ ਇਨਸਪਾਇਰ ਹੋਣਗੇ ਕਿ ਅਗਰ ਹਮਾਰੇ ਹਿਸਾਬ ਸੇ ਚੀਜ਼ ਨਹੀਂ ਹੋ ਰਹੀ ਯਾਰ ਤੋ ਥੋੜਾ ਸਾ ਪੇਸ਼ੈਂਸ ਰੱਖ ਲਓ ਥੋੜਾ ਸਾ ਪੇਸ਼ੈਂਸ ਰੱਖ ਲਓ ਤੁਮੇ ਨਹੀਂ ਪਤਾ ਯੂ ਨੈਵਰ ਨੋ ਕਬ ਚੀਜ਼ੇ ਵਰਕਆਊਟ ਹੋਣੀ ਸ਼ੁਰੂ ਹੋ ਜਾਣੀ ਐਗਜ਼ੈਕਟਲੀ ਸਬਰ ਦਾ ਫਲ ਮਿੱਠਾ ਐਗਜ਼ੈਕਟਲੀ ਸਪੈਸ਼ਲੀ ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਹਾਂ ਵੀ ਬਹੁਤ ਕੁਝ ਹੈ ਜੋ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਮੁਕੰਮਲ ਬਾਡੀ ਹੈ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਸੋਚ ਸਕਦੇ ਹੋ ਸਭ ਤੋਂ ਵੱਡੀ ਗੱਲ ਫਿਰ ਤਾਂ ਇਹਦਾ ਕੁਝ ਹੁੰਦਾ ਹੀ ਨਹੀਂ ਨਾ ਕਿ ਹਾਂ ਵੀ ਸਾਡੀ ਜ਼ਿੰਦਗੀ 'ਚ ਕੁਝ ਹੋ ਨਹੀਂ ਰਿਹਾ ਬਿਲਕੁਲ ਉਹ ਤੁਹਾਡੀ ਸੋਚ ਆ ਜਿਹੜੀ ਤੁਹਾਨੂੰ ਗਾਈਡ ਕਰਦੀ ਹੈ ਅਤੇ ਸੋਚ ਤੁਹਾਡੀ ਉਦੋਂ ਹੀ ਗਾਈਡ ਕਰੂਗੀ ਜਦੋਂ ਤੁਸੀਂ ਐਫਰਟਸ ਕਰ ਰਹੇ ਹੋ ਬਿਲਕੁਲ ਫਿਜ਼ੀਕਲ ਵਰਕਆਊਟ ਹੈਲਦੀ ਰਹਿਣ ਲਈ ਜਿੰਨਾ ਜ਼ਰੂਰੀ ਆ ਸਾਈਕੋਲੋਜੀਕਲ ਲੈਵਲ 'ਤੇ ਅੱਛੇ ਥਾਟਸ ਜਿਹੜੇ ਨੇ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਕਹਿੰਦੇ ਆ ਨਾ ਮੰਜ਼ਿਲ ਮਿਲੇ ਨਾ ਮਿਲੇ ਇਹ ਤਾਂ ਮੁਕੱਦਰ ਕੀ ਬਾਤ ਹੈ ਅਗਰ ਹਮ ਕੋਸ਼ਿਸ਼ ਵੀ ਨਾ ਕਰੇ ਇਹ ਤਾਂ ਗਲਤ ਬਾਤ ਹੈ ਬਿਲਕੁਲ ਮੈਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਔਰ ਜਦੋਂ ਹੁਣ ਮੈਂ ਇਸ ਗੱਲਬਾਤ ਬਾਰੇ ਜਾ ਕੇ ਸੋਚੂੰਗੀ ਤੇ ਮੈਨੂੰ ਵੀ ਕੁਝ ਨਵਾਂ ਮਿਲੇ ਸੋ ਥੈਂਕ ਯੂ ਸੋ ਮਚ ਥੈਂਕ ਯੂ